ਜਿੰਨੇ ਵੀ ਤੁਹਾਡੇ ਕਰੈਕਟਰ ਨੇ ਉਹ ਜਿਆਦਾ ਲੜਕੀ ਦੀ ਗੈਟਅਪ ਦੇ ਵਿੱਚ ਨੇ ਕੀ ਮਹਿਸੂਸ ਕਰਦੇ ਤੁਸੀਂ ਕਿ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਕਰੈਕਟਰ ਹੈ ਖਾਸ ਕਰਕੇ ਅਗਰ ਤੁਸੀਂ ਨਾਟਕਾਂ ਦੇ ਵਿੱਚ ਵੀ ਕੀਤੇ ਹੈ ਤੇ ਕਿਉਂ ਇੱਕ ਅਲੱਗ ਜਿਹਾ ਤੁਹਾਡਾ ਸ਼ੌਂਕ ਹੀ ਜਾ ਗਿਆ ਕਹਿ ਦਿੰਦੇ ਕਿ ਜਿਹੜੇ ਟਿਕਟੌਕ ਜਦੋਂ ਐਪਲੀਕੇਸ਼ਨ ਜਿਹੜੀ ਟਿਕਟੌਕ ਆਈ ਤੇ ਇਹ ਕਹਿ ਦਿੰਦੇ ਕਿ ਲੋਕ ਉਹਦੇ ਤੇ ਹੀ ਕੁੜੀ ਬਣਾ ਸ਼ੁਰੂ ਹੋ ਗਏ ਨਹੀਂ ਮੈਂ ਪਹਿਲਾਂ ਤੇ ਲੋਕਾਂ ਦਾ ਇਹ ਵਹਿਮ ਦੂਰ ਕਰ ਦਵਾਂ ਕਿ ਮੈਂ ਟਿਕਟੌਕ ਤੇ ਹੀ ਕੁੜੀ ਬੰਨਣਾ ਨਹੀਂ ਸ਼ੁਰੂ ਆਇਆ ਸੀ ਮੈਂ ਬਚਪਨ ਤੋਂ ਹੀ ਇਹ ਕਰੈਕਟਰ ਕਰਦਾ ਆ ਰਿਹਾ ਸੀ ਓ ਮਾਈ ਗਾਡ ਓ ਮਾਈ ਗਾਡ ਮੇਰੇ ਫੀਚਰਸ ਸ਼ਾਇਦ ਇਵੇਂ ਦੇ ਹੀ ਕਿ ਮੇਰੇ ਜਿਹੜਾ ਉਹ ਪਤਾ ਹੀ ਨਹੀਂ ਸੀ ਲੱਗਦਾ ਕਿਸੇ ਨੂੰ ਕਿ ਕੁੜੀ ਆ ਜਾਂ ਮੁੰਡਾ ਹੈ ਤੇ ਫਾਦਰ ਦਾ ਇੱਕ ਵਾਰੀ ਰਿਐਕਸ਼ਨ ਤਾਂ ਉਹਨਾਂ ਨੇ ਮਤਲਬ ਡਾਂਟਿਆ ਵੀ ਸੀ ਕਾਫੀ ਡਾਂਟਿਆ ਸੀ ਦੈਨ ਉਦੋਂ ਮੈਂ ਬਹੁਤ ਹਰਟ ਹੋਇਆ ਸੀ ਮੇਰਾ ਜਿਹੜਾ ਮੇਕਅਪ ਦਾ ਸਮਾਨ ਮੈਂ ਆਪਣੇ ਕੋਲ ਰੱਖਦਾ ਹੁੰਦਾ ਸੀ ਅਲਮਾਰੀ ਵਿੱਚ ਉਹਨਾਂ ਨੇ ਫੜ ਕੇ ਮਤਲਬ ਇੱਕ ਵਾਰ ਤੇ ਸਾਰਾ ਤੋੜ-ਫੋੜ ਦਿੱਤਾ ਤੇ ਜਦੋਂ ਮੇਰਾ ਮੇਕਅਪ ਟੁੱਟਿਆ ਮੈਂ ਬਹੁਤ ਪੈਸੇ ਜੋੜ-ਜੋੜ ਕੇ ਬਹੁਤ ਮਹਿੰਗਾ ਮੇਕਅਪ ਜਿਹੜਾ ਇਕੱਠਾ ਕਰਕੇ ਰੱਖਿਆ ਹੋਇਆ ਸੀ ਤੇ ਕਈਆਂ ਨੇ ਮਤਲਬ ਕੁਝ ਗਲਤ ਵੀ ਲਿਖਿਆ ਹੁੰਦਾ ਏ ਤੇ ਉਹਨਾਂ ਨੂੰ ਗੁੱਸਾ ਤਾਂ ਬਹੁਤ ਆਉਂਦਾ ਏ ਕਿ ਦਿਲ ਕਰਦਾ ਇਸ ਬੰਦੇ ਨੂੰ ਵਿੱਚੋਂ ਕੱਢ ਲਈ ਆਈਡੀ ਦੇ ਪਰ ਕਹਿ ਲੋ ਕਿ ਕਹਿ ਦਈਦਾ ਕਿ ਛਿੱਟਾ ਨਹੀਂ ਪਵਾਉਣੀ ਇਹਨੂੰ ਛੇੜ ਕੇ ਤੇ ਇਸ ਕਰਕੇ ਇਗਨੋਰ ਕਰਦੇ ਬੋਲੀ ਹੌਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਔਰ ਅੱਜ ਅਸੀਂ ਜਿਸਾ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਵਾਰੀ ਕੋਈ ਨਾ ਕੋਈ ਇਸਾਂ ਦੀ ਚੀਜ਼ ਜਿੱਤ ਨਾਲ ਮਲਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਆਪਣੀ ਲਾਈਵ ਦੇ ਵਿੱਚ ਬਲੰਦੀਆਂ ਨੂੰ ਸ਼ੋਅ ਹੈ ਤੇ ਇਸੇ ਜੀ ਤਰ੍ਹਾਂ ਦਾ ਇੱਕ ਕਲਾਕਾਰ ਨੇ ਅਮਰਸਰ ਤੋਂ ਕਰਨ ਗਿਲ ਔਰ ਕਰਨ ਗਿਲ ਇੱਕ ਬਹੁਤ ਵਧੀਆ ਥੀਏਟਰ ਆਰਟਿਸਟ ਵੀ ਨੇ ਔਰ ਬਹੁਤ ਸਾਰੀ ਸ਼ਾਰਟ ਫਿਲਮ ਡਾਕੂਮੈਂਟਰੀਆਂ ਇਸ ਤਰ੍ਹਾਂ ਦੇ ਅਸੀਂ ਕਹੇ ਸੀ ਕਿ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਪ੍ਰਫੁੱਲਤ ਨੇ ਔਰ ਇਹਨਾਂ ਦੇ ਕਰਨ ਗਿਲ ਨੇ ਜੋ ਵੀ ਇੱਥੇ ਥੀਏਟਰ ਦੇ ਵਿੱਚ ਵੀ ਕੀਤਾ ਹੈ ਅਮਰਸਰ ਦੇ ਵਿੱਚ ਉਹ ਪਲੀ ਪਾ ਮੇਰੇ ਕਲ ਚ ਦਰਸ਼ਕ ਜਿਹੜੇ ਆ ਉਹ ਉਹਨਾਂ ਨੂੰ ਜਾਣਦੇ ਹੋਣਗੇ ਤੇ ਆਓ ਆਪਾਂ ਕਰਨ ਗਿਲ ਨਹੀਂ ਗੱਲ ਕਰਦੇ ਆ ਸਾਡੇ ਨਾਲ ਮਚੋਜ਼ ਨੇ ਕਿ ਕੀ ਕਹਿਣਾ ਵਾ ਉਹਨਾਂ ਦਾ ਆਪਣੀ ਲਾਈਫ ਦੇ ਬਾਰੇ ਵਿੱਚ ਹਾਂਜੀ ਕਰਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕਰਨ ਗਿਲ ਆਰ ਮੈਂ ਅੰਮ੍ਰਿਤਸਰ ਦਾ ਵਸਨੀਕ ਹਾਂ ਕਰਨ ਸਭ ਤੋਂ ਪਹਿਲੇ ਕੀ ਦੱਸੋ ਕਿ ਤੁਹਾਡਾ ਬਚਪਨ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਗੁਜ਼ਰਿਆ ਤੁਹਾਡਾ ਬਚਪਨ ਤਾਂ ਮੇਰਾ ਬਹੁਤ ਵਧੀਆ ਗੁਜ਼ਰਿਆ ਛਾਟ ਏਰੀਆ ਵਿੱਚ ਅਸੀਂ ਰਹਿੰਦੇ ਸੀ ਫੈਮਿਲੀ ਬਹੁਤ ਪਿਆਰ ਕਰਦੀ ਸੀ ਔਰ ਬਹੁਤ ਹੀ ਵਧੀਆ ਮਤਲਬ ਕਹਿ ਸਕਦੇ ਕਿ ਬਚਪਨਤਾ ਯਾਦਾਂ ਜੁੜੀਆਂ ਹੋਈਆਂ ਬਹੁਤ ਸਾਰਾ ਆਪਾਂ ਸਕੂਲ ਦੇ ਵਿੱਚ ਪਾਰਟਿਸਿਪੇਟ ਕਰਨਾ ਵੱਖ-ਵੱਖ ਸਟੇਜ ਤੇ ਪਰਫਾਰਮੈਂਸ ਕਰਨੀਆਂ ਮਤਲਬ ਇੱਕ ਕ੍ਰੀਏਟੀਵਿਟੀ ਨਾਲ ਭਰਿਆ ਹੋਇਆ ਬਚਪਨ ਜੀ ਮੇਰਾ ਅਗਰ ਅਸੀਂ ਗੱਲ ਕਰਦੇ ਹਾਂ ਸਕੂਲ ਦੀ ਕਾਲਜ ਦੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਐਕਟਿੰਗ ਦੇ ਵਿੱਚ ਕਿਸ ਤਰ੍ਹਾਂ ਆਣਾ ਹੋ ਗਿਆ ਕਿ ਜਦੋਂ ਤੁਸੀਂ ਸ਼ੁਰੂ ਤੋਂ ਹੀ ਸਟੇਜ ਤੇ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਕੋਈ ਇਸ ਤਰ੍ਹਾਂ ਕੰਮ ਕਰਦੇ ਸੀ ਇੱਕ ਤਾਂ ਮੇਰੀ ਦਿਲਚਸਪੀ ਬਹੁਤ ਇਸ ਚੀਜ਼ ਵਿੱਚ ਸੀ ਤੇ ਜਦੋਂ ਮੇਰੇ ਟੀਚਰਸ ਨੇ ਸਕੂਲ ਦੇ ਵਿੱਚ ਪਛਾਣਿਆ ਕਿ ਹਾਂ ਵੀ ਇਹ ਬੱਚੇ ਨੂੰ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ ਇਹ ਕਰ ਸਕਦਾ ਹੈ ਤਾਂ ਵੱਖ-ਵੱਖ ਸਟੇਜ ਤੇ ਡਾਂਸ ਪਰਫਾਰਮੈਂਸ ਭਾਸ਼ਣ ਮੁਕਾਬਲੇ ਕਵਿਤਾ ਮੁਕਾਬਲੇ ਫੈਨਸੀ ਡਰੈਸ ਬਹੁਤ ਸਾਰੇ ਜਿਹੜੇ ਆ ਪਾਰਟਿਸਪੇਟ ਕਰਨੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਪ੍ਰਾਈਜ਼ ਲੈ ਕੇ ਆਉਣੇ ਤੇ ਫਿਰ ਉਹ ਉਹਨਾਂ ਦਾ ਵੀ ਜਿਹੜਾ ਹੌਸਲਾ ਵਧਦਾ ਸੀ ਕਿ ਅਸੀਂ ਇਸੇ ਬੱਚੇ ਨੂੰ ਹੀ ਅੱਗੇ ਲੈ ਕੇ ਜਾਣਾ ਆ ਸਾਡੇ ਸਕੂਲ ਦਾ ਨਾਮ ਰੌਸ਼ਨ ਕਰਦਾ ਹੈ ਇਹ ਉਹ ਬਹੁਤ ਕੁਝ ਕਰਦੇ ਸੀ ਟੀਚਰ ਜਿੰਨੇ ਵੀ ਤੁਹਾਡੇ ਕਰੈਕਟਰ ਨੇ ਉਹ ਜਿਆਦਾ ਲੜਕੀ ਦੀ ਗੈਟਅਪ ਦੇ ਵਿੱਚ ਨੇ ਕੀ ਮਹਿਸੂਸ ਕਰਦੇ ਤੁਸੀਂ ਕਿ ਤੁਹਾਨੂੰ ਇਸਾਂ ਦੇ ਜਿਹੜੇ ਕਰੈਕਟਰ ਹੈ ਖਾਸ ਕਰਕੇ ਅਗਰ ਤੁਸੀਂ ਨਾਟਕਾਂ ਦੇ ਵਿੱਚ ਵੀ ਕੀਤੇ ਆ ਤੇ ਕਿਉਂ ਇੱਕ ਅਲੱਗ ਜਿਹਾ ਤੁਹਾਡਾ ਸ਼ੌਂਕ ਇਹ ਜਾ ਗਿਆ ਵੇਖੋ ਜੋ ਅਸੀਂ ਹੈ ਉਸ ਉਸ ਤਰ੍ਹਾਂ ਦਾ ਕੈਰੈਕਟਰ ਕਰਨਾ ਤਾਂ ਸਾਡੇ ਲਈ ਚਲੋ ਆਸਾਨ ਹੈ ਪਰ ਇੱਕ ਜੇ ਫੀਮੇਲ ਕੈਰੈਕਟਰ ਕਰੀਓ ਸਾਡੇ ਲਈ ਆਸਾਨ ਨਹੀਂ ਆ ਪਰ ਅਸਲੀ ਵੈਸੇ ਐਕਟਰ ਉਹ ਆ ਜਿਹੜਾ ਹਰ ਤਰ੍ਹਾਂ ਦਾ ਕੈਰੈਕਟਰ ਕਰ ਸਕੇ ਤੇ ਚਲੋ ਇਹ ਕਰਨਾ ਤਾਂ ਔਖਾ ਹੈ ਪਰ ਮੇਰਾ ਇੰਟਰਸਟ ਵੀ ਇਸੇ ਚੀਜ਼ 'ਚ ਸੀਗਾ ਤੇ ਸ਼ੁਰੂਆਤ ਤੋਂ ਹੀ ਜਿਹੜਾ ਆ ਕਦੇ ਮਤਲਬ ਜਿੰਦਾ ਸਕੂਲ ਵਿੱਚ ਕ੍ਰਿਸ਼ਨ ਰਾਧਾ ਵਗੈਰਾ ਇਵੇਂ ਮਤਲਬ ਬਣਾ ਦੇਣੇ ਹੈਨਾ ਤੇ ਉੱਥੋਂ ਮਤਲਬ ਹੌਲੀ ਹੌਲੀ ਹਰ ਇੱਕ ਤਰ੍ਹਾਂ ਦਾ ਕੈਰੈਕਟਰ ਜਿਹੜਾ ਮੇਰੇ ਲਈ ਨਹੀਂ ਪੁੰਨ ਰਿਹਾ ਸੀਗਾ ਤੇ ਫਿਰ ਮੈਂ ਮੈਨੂੰ ਮਤ ਲੱਗਾ ਕਿ ਮੈਂ ਹਰ ਤਰ੍ਹਾਂ ਦਾ ਕੈਰੈਕਟਰ ਕਰ ਸਕਦਾ ਜੇ ਮੈਨੂੰ ਡਾਇਰੈਕਟਰ ਨੇ ਫੀਮੇਲ ਦਾ ਕੈਰੈਕਟਰ ਦੇਣਾ ਤੇ ਮੈਂ ਹੱਸ ਕੇ ਕਹਿਣਾ ਮੈਂ ਇਹ ਵੀ ਕਰ ਲਾਵਾਂਗਾ ਤੇ ਮੈਨੂੰ ਲੱਗਦਾ ਸ਼ਾਇਦ ਮੈਂ ਖੁਸ਼ ਹੋ ਕੇ ਜ਼ਿਆਦਾ ਜਿਹੜਾ ਆ ਫੀਮੇਲ ਕੈਰੈਕਟਰ ਕਰਨਾ ਪਸੰਦ ਕਰਦਾ ਕਿ ਮੈਨੂੰ ਖੁੱਲ ਕੇ ਮੇਰੇ ਕੋਲੋਂ ਨਿਕਲਦਾ ਹੈ ਮੈਨੂੰ ਬਣਾਉਣਾ ਨਹੀਂ ਪੈਂਦਾ ਆਪਣੇ ਕੋਲੋਂ ਤੇ ਮੇਰਾ ਮੇਰੇ ਪਸੰਦੀ ਇਹ ਕੈਰੈਕਟਰ ਆ ਕਿ ਮੈਂ ਖੁੱਲ ਕੇ ਇਹੋ ਹੀ ਹੁੰਦਾ ਆ ਕਿ ਮੈਂ ਮਤਲਬ ਕਰਾਂ ਤੇ ਮੈਨੂੰ ਲੱਗਦਾ ਆ ਕਿ ਇਹ ਕੈਰੈਕਟਰ ਕਰਕੇ ਮੈਂ ਜ਼ਿਆਦਾ ਮਤਲਬ ਸੋਭਾ ਘਟ ਸਕਦਾ ਹੈ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਆ ਕਿ ਤੁਸੀਂ ਲੜਕੇ ਜੇ ਲੇਕਿਨ ਕੁਝ ਜੜੀਆਂ ਕਹਿ ਸਕਦੇ ਨੇ ਕਿ ਅਸੀਂ ਜਿੰਨੇ ਕੈਰੈਕਟਰ ਆ ਤੁਸੀਂ ਲੜਕੀਆਂ ਦੇ ਹੀ ਚੁੰਦੇ ਜੇ ਕੀ ਤੁਸੀਂ ਇੱਕ ਆਮ ਨਾਰਮਲ ਮੁੰਡੇ ਦੇ ਨਾਲੋਂ ਆਪਣੇ ਆਪ ਨੂੰ ਕੀ ਕੁਝ ਅਲੱਗ ਸਮਝਦੇ ਜਾਂ ਕੁਝ ਕਿ ਕੀ ਕੀ ਕੁਝ ਖਾਸ ਜੀ ਬਿਲਕੁਲ ਹੁਣ ਵੇਖੋ ਆ ਮੁੰਡੇ ਜਿਹੜੇ ਆ ਉਹ ਹਰ ਕੋਈ ਨਹੀਂ ਕਰ ਸਕਦਾ ਹੁਣ ਇੱਥੇ ਤੁਸੀਂ ਕਿਸੇ ਨੂੰ ਫੀਮੇਲ ਕੈਰੈਕਟਰ ਕਹੋਗੇ ਕਰਨਾ ਉਹ ਕਹਿਣਗੇ ਨਹੀਂ ਨਹੀਂ ਅਸੀਂ ਨਹੀਂ ਕਰਨਾ ਕਿਉਂਕਿ ਪਹਿਲੀ ਗੱਲ ਤੇ ਫੀਮੇਲ ਨੂੰ ਇੱਥੇ ਸਮਝਿਆ ਜਾਂਦਾ ਹੈ ਕਿ ਸ਼ਾਇਦ ਉਹ ਅਜੇ ਵੀ 16ਵੀਂ ਸਦੀ ਵਾਲੀ ਹੀ ਕਹਿ ਸਕਦੇ ਦਰਸ਼ਾਇਥੇ ਇਸਤਰੀ ਦੀ ਹੈਗੀ ਆ ਤੇ ਸਮਝਿਆ ਜਾਂਦਾ ਕਿ ਸ਼ਾਇਦ ਇਸਤਰੀ ਦਾ ਕਰੈਕਟਰ ਜਿਹੜਾ ਸਾਡੇ ਲਈ ਮਾੜਾ ਹੋਊਗਾ ਹੀ ਵੀ ਮਰਦੇ ਆ ਕਿਉਂਕਿ ਬੱਚੇ ਨੂੰ ਸਟਾਰਟਿੰਗ ਤੋਂ ਹੀ ਜਦੋਂ ਆਪਾਂ ਬੱਚਾ ਪੈਦਾ ਹੁੰਦਾ ਉਹਨੂੰ ਰੋਂਦਾ ਏ ਤੁਹਾਨੂੰ ਕਹਿ ਦਿੰਦੇ ਨੇ ਕਿ ਤੂੰ ਕਿ ਜਨਾਨੀਆਂ ਵਾਂਗ ਰੋਈ ਜਾਣਾ ਤੇ ਤੂੰ ਬੰਦਾ ਆ ਤੂੰ ਇਹ ਮਰਦੇ ਆ ਤੂੰ ਬੰਦਾ ਬਣ ਹਮੇਸ਼ਾ ਸਾਡੇ ਮੂੰਹ ਤੇ ਹਰ ਗੱਲ ਬੱਚੇ ਨੂੰ ਹੁੰਦਾ ਤੂੰ ਬੰਦਾ ਬਣ ਕਦੀ ਕਿਸੇ ਨੇ ਨਹੀਂ ਕਿਹਾ ਤੂੰ ਬੁਢੀ ਬਣ ਕਿਉਂਕਿ ਬੁੱਢੀ ਹੀ ਜਨਮ ਦੇ ਰਹੀ ਆ ਬੰਦੇ ਨੂੰ ਜਨਾਨੀ ਜਨਮ ਦੇਣ ਵਾਲੀ ਆ ਤੇ ਇਸ ਕਰਕੇ ਉਹ ਬੱਚੇ ਦੀ ਸਾਈਕੀ ਇਦਾਂ ਦੀ ਹੋ ਜਾਂਦੀ ਹੈ ਕਿ ਨਹੀਂ ਇਸਤਰੀ ਕੁਝ ਨਹੀਂ ਹੈ ਬੰਦਾ ਬਣ ਮਤਲਬ ਬੰਦਾ ਹੀ ਸਭ ਕੁਝ ਹੈ ਤੇ ਇਹ ਮਤਲਬ ਇਹ ਸਾਈਕੀ ਜਿਹੜੀ ਆਈਡੀਓਲੋਜੀ ਸਾਡੇ ਨਾਲ ਅੱਗੋਂ ਗਾਂਹ ਦੀ ਗਾਂ ਚੱਲਦੀ ਜਾਂਦੀ ਆ ਤੇ ਉਹ ਹੀ ਬੱਚੇ ਦੇ ਜਿਹੜੇ ਅਚੇਤਨ ਮਨ ਦੇ ਵਿੱਚ ਜਿਹੜਾ ਆ ਉਹ ਪੈਪ ਜ਼ਿਆਦਾ ਹੋ ਜਾਂਦੀ ਉਹ ਚੀਜ਼ ਤੇ ਫਿਰ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਕਿ ਹੁਣ ਕਰੈਕਟਰ ਵੀ ਕੋਈ ਛੇਤੀ ਤਾਂ ਹੀ ਨਹੀਂ ਫੜਦਾ ਕਿ ਨਹੀਂ ਸਾਨੂੰ ਲੋਕ ਮਜ਼ਾਕ ਕਰਨਗੇ ਉਹ ਮਜ਼ਾਕ ਤੋਂ ਡਰਦੇ ਉਹ ਐਕਟਰ ਸਿਰਫ ਅੱਧੇ ਹੀ ਐਕਟਰ ਰਹਿ ਜਾਂਦੇ ਆ ਉਹ ਇਸ ਤਰੀਕਾ ਕਰੈਕਟਰ ਨਹੀਂ ਕਰ ਸਕਦੇ ਫਿਰ ਮਤਲਬ ਕਿ ਉਹ ਮਰਦ ਦੇ ਹੀ ਕਰ ਸਕਦੇ ਆ ਕੋਈ ਕਰਨਾ ਮਾੜੀ ਗੱਲ ਨਹੀਂ ਜੇ ਆਪਾਂ ਕਰਾਂਗੇ ਤਾਂ ਸਾਡੇ ਲਈ ਸੋਭਾ ਹੀ ਹੋਊਗੀ ਮੇਰੇ ਖਿਆਲ ਮੇਰੇ ਧਿਆਨ ਚ ਤੇ ਆ ਤੇ ਬਾਕੀ ਗੱਲ ਰਹੀ ਕਿ ਜੇ ਆਪਾਂ ਮੈਂ ਕਹਾਂ ਕਿ ਹਾਂ ਮੈਂਨਾਂ ਤੋਂ ਵਾਖਿਆ ਬਿਲਕੁਲ ਮੈਂਨਾਂ ਤੋਂ ਵਾਖਿਆ ਜੇ ਉਹ ਨਹੀਂ ਕਰ ਸਕਦੇ ਤੇ ਉਹ ਮੈਂ ਕਰ ਸਕਦਾ ਮੈਂ ਉਹਨਾਂ ਤੋਂ ਅਲੱਗ ਆਪਣੇ ਆਪ ਨੂੰ ਮੰਨਦਾ ਆ ਐ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਤੁਸੀਂ ਸਕੂਲ ਕਾਲਜ ਵੀ ਕਰਦੇ ਸੀ ਲੇਕਿਨ ਸਾਰੇ ਜਿਹੜੇ ਹੈਗੇ ਆ ਪੋਜ਼ਿਟਿਵ ਨਹੀਂ ਹੁੰਦੇ ਲੋਕਾਂ ਦੇ ਪ੍ਰਤੀ ਔਰ ਕੋਈ ਇਸ ਤਰ੍ਹਾਂ ਦੇ ਕਮੈਂਟਸ ਵੀ ਤੁਹਾਨੂੰ ਕਰਦੇ ਹੋਣਗੇ ਜਾਂ ਕਿ ਕਿ ਇਹ ਲੜਕਾ ਹੋ ਕੇ ਇੱਕ ਲੜਕੀ ਦੇ ਤਰ੍ਹਾਂ ਕਰਦਾ ਔਰ ਜਿਨ ਜਿਨੇ ਤੁਹਾਨੂੰ ਕਦੀ ਹਰਟ ਵੀ ਕੀਤਾ ਹੋਵੇ ਵੇਖੋ ਜੀ ਜਦੋਂ ਆਪਾਂ ਕਿਸੇ ਤਰੱਕੀ ਤੇ ਜਾਈਏ ਤੇ ਰਸਤੇ 'ਚ ਲੱਤ ਖਿਚਣ ਵਾਲੇ ਤੇ ਬਥੇਰੇ ਹੁੰਦੇ ਨੇ ਤੇ ਮੈਂ ਤੇ ਉਹਨਾਂ ਲੋਕਾਂ ਦੀ ਬਿਲਕੁਲ ਪਰਵਾਹ ਹੀ ਨਹੀਂ ਕਰਦਾ ਪਹਿਲਾਂ ਕਰਦਾ ਹੁੰਦਾ ਸੀ ਪਹਿਲਾਂ ਕਿਸੇ ਨੇ ਕੁਝ ਕਹਿ ਦੇਣਾ ਤੇ ਆਨ ਕੇ ਮੈਂ ਘਰ ਰੋਣ ਲੱਗ ਪੈਣਾ ਤੇ ਮੈਂ ਕੱਲਿਆਂ ਰੋਣਾ ਕਿ ਨਹੀਂ ਮੈਂ ਨਹੀਂ ਇਹ ਕੈਰੈਕਟਰ ਕਰਨੇ ਮੈਂ ਛੱਡ ਦੇਣਾ ਆ ਬਚਪਨ 'ਚ ਤੇ ਕਿ ਨਹੀਂ ਮੈਨੂੰ ਲੋਕ ਚੰਗਾ ਨਹੀਂ ਸਮਝਦੇ ਫਿਰ ਹੌਲੀ-ਹੌਲੀ ਮੇਰਾ ਹੌਂਸਲਾ ਵਧਿਆ ਮੈਨੂੰ ਮਾੜਾ ਕਹਿਣ ਨਾਲੋਂ ਬਹੁਤ ਸਾਰੇ ਚੰਗਾ ਕਹਿਣ ਵਾਲੇ ਮੈਨੂੰ ਮਿਲੇ ਮੈਨੂੰ ਮਾੜਾ ਕਹਿਣ ਵਾਲੇ ਘੱਟ ਮਿਲੇ ਬਹੁਤ ਘੱਟ ਮਿਲੇ ਔਰ ਚੰਗਾ ਕਹਿਣ ਵਾਲੇ ਜ਼ਿਆਦਾ ਮਿਲੇ ਤੇ ਫਿਰ ਮੈਨੂੰ ਉਹਨਾਂ ਨੇ ਹੀ ਹੌਸਲਾ ਦਿੱਤਾ ਮੈਨੂੰ ਲੱਗਾ ਕਿ ਹਾਂ ਜੇ ਮੈਂ ਇਹ ਕੈਰੈਕਟਰ ਛੱਡਨਾ ਤੇ ਜਿਹੜੇ ਲੋਕ ਮੈਨੂੰ ਪਸੰਦ ਕਰਦੇ ਨੇ ਮੈਂ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਉਹ ਚੀਜ਼ ਹਾਰਟ ਕਰੂਗੀ ਕਿ ਨਹੀਂ ਸਾਡੇ ਪਸੰਦੀ ਦੇ ਕੈਰੈਕਟਰ ਕਰਦਾ ਸੀ ਉਹ ਵਧੀਆ ਸੀ ਤੇ ਮੈਨੂੰ ਲੱਗਾ ਕਿ ਨਹੀਂ ਮੈਨੂੰ ਉਹਨਾਂ ਦੀ ਸ਼ਾਇਦ ਦੇ ਨਾਲ ਮੈਨੂੰ ਉਹਨਾਂ ਦੇ ਹੌਸਲੇ ਦੇ ਨਾਲ ਇਹ ਕਰਨਾ ਚਾਹੀਦਾ ਹੈ ਤੇ ਮੈਂ ਉਹਨਾਂ ਲੋਕਾਂ ਨੂੰ ਇਗਨੋਰ ਕਰਨਾ ਸ਼ੁਰੂ ਕਰਤਾ ਕੋਈ ਕੁਝ ਵੀ ਕਵੇ ਮੈਨੂੰ ذرا ਜਿੰਨਾ ਵੀ ਹੁਣ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਵਾਂਗਾ ਕੁਝ ਕਰਕੇ ਦਿਖਾਵਾਂਗਾ ਉਸ ਦਿਨ ਉਹਨਾਂ ਨੂੰ ਉਹਨਾਂ ਦੇ ਮੂੰਹ ਦੇ ਉੱਤੇ ਆਪੇ ਹੀ ਉਹ ਚਪੇੜ ਵੱਜੇਗੀ ਉਹਨਾਂ ਨੂੰ ਆਪੇ ਹੀ ਪਤਾ ਲੱਗੇਗਾ ਕਿ ਫਿਰ ਇਹੋ ਜਿਹੇ ਲੋਕ ਖੁਦ ਕਹਿੰਦੇ ਨੇ ਕਿ ਇਹ ਸਾਡੀ ਜਾਣ ਪਛਾਣ ਵਾਲਾ ਨੇ ਇਹ ਸਾਡ ਨੂੰ ਜਾਣਦਾ ਆ ਇਹ ਸਾਡੇ ਘਰ ਲੱਗੇ ਰਹਿੰਦਾ ਆ ਇਹ ਸਾਡੇ ਨਾਲ ਪੜਿਆ ਆ ਫਿਰ ਉਹੋ ਹੀ ਲੋਕ ਉਹ ਜਿਹੜੇ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਕੈਰੈਕਟਰ ਜੋ ਵੀ ਅਸੀਂ ਦੇਖਦੇ ਆ ਅਸੀਂ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰਾ ਦੇਖਦੇ ਆ ਕਿ ਵੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇਹ ਲੜਕਾ ਆ ਤੇ ਜਦੋਂ ਤੁਸੀਂ ਬਚਪਨ ਤੋਂ ਬਾਅਦ ਜੋ ਵੀ ਸਕੂਲ ਕਾਲਜ ਕਰਦੇ ਸੀ ਤੇ ਘਰ ਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਹੋਵੇਗਾ ਕਿ ਕੁਝ ਫੀਮੇਲ ਦੇ ਵਾਂਗੂ ਜਾਂ ਕੈਰੈਕਟਰ ਕਰਦੇ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਕੀ ਰਿਐਕਸ਼ਨ ਸੀ ਤੁਹਾਡੇ ਫੈਮਿਲੀ ਦਾ ਤੁਹਾਡੇ ਫਾਦਰ ਦਾ ਤੁਹਾਡੇ ਮਦਰ ਦਾ ਮਤਲਬ ਜਿੰਨੇ ਵੀ ਘਰ ਦੇ ਮੈਂਬਰ ਨੇ ਵੇਖੋ ਮੈਂ ਜਦੋਂ ਕਹਿ ਦਿੰਦੇ ਕਿ ਜਿਹੜੇ ਟਿਕਟੌਕ ਜਦੋਂ ਐਪਲੀਕੇਸ਼ਨ ਜਿਹੜੀ ਟਿਕਟੌਕ ਆਈ ਤੇ ਇਹ ਕਹਿ ਦਿੰਦੇ ਕਿ ਲੋਕ ਉਹਦੇ ਤੇ ਹੀ ਕੁੜੀ ਬੰਨਾ ਸ਼ੁਰੂ ਹੋ ਗਏ ਨਹੀਂ ਮੈਂ ਪਹਿਲਾਂ ਤੇ ਲੋਕਾਂ ਦਾ ਇਹ ਵਹਿਮ ਦੂਰ ਕਰ ਦਵਾਂ ਕਿ ਮੈਂ ਟਿਕਟੌਕ ਤੇ ਹੀ ਕੁੜੀ ਬੰਨਣਾ ਨਹੀਂ ਸ਼ੁਰੂ ਆਇਆ ਸੀ ਮੈਂ ਬਚਪਨ ਤੋਂ ਹੀ ਇਹ ਕਰੈਕਟਰ ਕਰਦਾ ਆ ਰਿਹਾ ਸੀ ਮੈਂ ਇੱਕ ਆਰਟਿਸਟ ਨਾ ਥੀਏਟਰ ਆਰਟਿਸਟ ਨਾ ਤੇ ਇੱਕ ਆਰਟਿਸਟ ਦਾ ਕੰਮ ਹੁੰਦਾ ਹੈ ਕਿ ਆਪਣਾ ਕੋਈ ਵੀ ਜਿਹੜਾ ਅਦਾਕਾਰੀ ਕਿਸੇ ਵੀ ਤਰ੍ਹਾਂ ਦੀ ਕਰਨੀ ਤੇ ਜਦੋਂ ਮੈਂ ਟਿਕਟੌਕ ਆਇਆ ਉਸ ਜਰੀਏ ਮੈਂ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਰਿਵੀਲ ਕੀਤਾ ਨਾ ਕਿ ਮੈਂ ਟਿਕਟੌਕ ਤੋਂ ਹੀ ਸ਼ੁਰੂ ਕੀਤਾ ਇਹ ਮੇਰੇ ਬਚਪਨ ਤੇ ਟਿਕਟੌਕ ਦੇ ਜ਼ਰੀਏ ਸਿਰਫ ਸੋਸ਼ਲ ਮੀਡੀਆ 'ਚ ਰਿਵੀਲ ਕੀਤਾ ਉਸ ਤੋਂ ਬਾਅਦ ਟਿਕਟੌਕ ਬੰਦ ਹੋਈ ਤਾਂ ਇੰਸਟਾਗ੍ਰਾਮ ਦੇ ਉੱਪਰ ਰੀਲਸ ਪਾਉਣੀਆਂ ਫੇਸਬੁੱਕ ਉਹ ਲੋਕਾਂ ਨੂੰ ਪਸੰਦ ਕਰਨਾ ਮੈਨੂੰ ਮੇਰੇ ਫੀਚਰਸ ਸ਼ਾਇਦ ਇਹਵੇਂ ਦੇ ਹੀ ਕਿ ਮੇਰੇ ਜਿਹੜਾ ਉਹ ਪਤਾ ਹੀ ਨਹੀਂ ਸੀ ਲੱਗਦਾ ਕਿਸੇ ਨੂੰ ਕਿ ਕੁੜੀ ਆ ਜਾਂ ਮੁੰਡਾ ਹੈ ਤੇ ਜਦੋਂ ਮੈਂ ਤਿਆਰ ਹੋਣਾ ਲੋਕਾਂ ਨੇ ਬਹੁਤ ਪਸੰਦ ਕਰਨਾ ਗਾਂ ਦੀ ਗਾਂ ਇੱਕ ਦੂਜੇ ਨੂੰ ਦਿਖਾਉਣਾ ਤੇ ਫਿਰ ਬਹੁਤ ਸਾਰਾ ਪਸੰਦ ਕਰਦੇ ਸੀ ਲੋਕ ਇਸ ਕੈਰੈਕਟਰ ਵਿੱਚ ਤੇ ਮੈਂ ਜਦੋਂ ਮੇਰੇ ਮੰਮਾ ਨੇ ਦੇਖਣਾ ਤੇ ਉਹਨਾਂ ਨੇ ਵੀ ਖੁਸ਼ ਹੋਣਾ ਉਹਨਾਂ ਕਹਿਣਾ ਕਿ ਜੇ ਕਾਸ਼ ਤੂੰ ਕਿਤੇ ਮੇਰੀ ਕੁੜੀ ਹੁੰਦੀ ਤੇ ਤੂੰ ਐਡੀ ਨੇ کافی এড્યુਕੇਟਡ ਨੇ ਤੇ ਉਹ ਇਸ ਚੀਜ਼ ਉਹ ਬਿਲਕੁਲ ਅਨਪੜ ਸੋਚ ਨਹੀਂ ਰੱਖਦੇ ਕਿ ਹਾਂ ਵੀ ਇਹ ਇਸ ਕੈਰੈਕਟਰ ਕਰਦਾ ਹੈ ਤੇ ਇਹ ਮਾੜੀ ਗੱਲ ਹੈ ਨਹੀਂ ਬਾਕੀ ਕਿਤੇ ਨਾ ਕਿਤੇ ਜਿਹੜੇ ਫਾਦਰ ਸੀ ਉਹ ਮਤਲਬ ਪਿੰਡ ਤੋਂ ਬਿਲੋਂਗ ਕਰਦੇ ਸੀ ਬੈਕਗਰਾਉਂਡ ਉਹਨਾਂ ਦੀ ਪਿੰਡ ਆ ਮੇਰਾ ਤਾਂ ਜਨਮ ਹੀ ਸ਼ਹਿਰ ਵਿੱਚ ਹੋਇਆ ਪਰ ਕਿਤੇ ਨਾ ਕਿਤੇ ਉਹ ਸੋਚ ਜਿਹੜੀ ਅਜੇ ਵੀ ਥੋੜੀ ਬੋਤੀ ਕਿਤੇ ਨਾਲ ਚੱਲਦੀ ਗਈ ਤੇ ਉਹਨਾਂ ਨੂੰ ਲੱਗਾ ਕਿ ਨਹੀਂ ਹਾਂ ਨਹੀਂ ਕਰਨਾ ਚਾਹੀਦਾ ਇਹ ਇੱਕ ਕੈਰੈਕਟਰ ਨਹੀਂ ਕਰਨਾ ਚਾਹੀਦਾ ਪਰ ਕਿਤੇ ਨਾ ਕਿਤੇ ਮਦਰ ਨੇ ਉਹਨਾਂ ਨੂੰ ਸਮਝਾਇਆ ਕਿ ਨਹੀਂ ਚਲੋ ਕਿਤੇ ਨਾ ਕਿਤੇ ਇੰਸਟਾਗ੍ਰam ਤੋਂ ਅਰਨ ਕਰਨਾ ਸ਼ੁਰੂ ਕੀਤਾ ਇਕਨੋਮਿਕਲੀ ਹੈਨਾ ਮੈਨੂੰ ਆਪਣੇ ਆਪ ਨੂੰ ਉਹਨਾਂ ਤੋਂ ਖਰਚਾ ਬਿਲਕੁਲ ਨਹੀਂ ਲਿਆ ਜਦੋਂ ਤੋਂ ਮੇਰੀ ਪਲੱਸ 2 ਕੰਪਲੀਟ ਹੋਈ ਦੈਨ ਡੀਸੀ ਕੀਤੀ ਗ੍ਰੈਜੂਏਸ਼ਨ ਤੇ ਤੋ ਬਾਅਦ ਮੈਂ ਉਹਨਾਂ ਕੋ ਇੱਕ ਵੀ ਰੁਪਏ ਦਾ ਖਰਚਾ ਨਹੀਂ ਲੈਣਾ ਸਾਰਾ ਖਰਚਾ ਮੈਂ ਆਪ ਕਰਦਾ ਔਰ ਮੇਰਾ ਬਹੁਤ ਸੋਨਾ ਜਿਹੜਾ ਚੱਲਦਾ ਜਾਂਦਾ ਇੰਸਟਾਗ੍ਰam ਤੋਂ ਕੰਮ ਤੇ ਉਹਨਾਂ ਨੂੰ ਵੀ ਲੱਗਾ ਕਿ ਹਾਂ ਬਈ ਅਰਨ ਕਰ ਰਿਹਾ ਹੈ ਜੇ ਕੁਛ ਤੇ ਚਲੋ ਕਰਨ ਦੋ ਮਦਰ ਨੇ ਸਮਝਾਇਆ ਤੇ ਫਾਦਰ ਦਾ ਇੱਕ ਵਾਰੀ ਰਿਐਕਸ਼ਨ ਤਾਂ ਉਹਨਾਂ ਨੇ ਮਤਲਬ ਡਾਂਟਿਆ ਵੀ ਸੀ ਕਾਫੀ ਡਾਂਟਿਆ ਸੀ ਥੈਨ ਉਦੋਂ ਮੈਂ ਬਹੁਤ ਹਰਟ ਹੋਇਆ ਸੀ ਮੇਰਾ ਜਿਹੜਾ ਮੇਕਅਪ ਦਾ ਸਮਾਨ ਮੈਂ ਆਪਣੇ ਕੋਲ ਰੱਖਦਾ ਹੁੰਦਾ ਸੀ ਅਲਮਾਰੀ ਵਿੱਚ ਉਹਨਾਂ ਨੇ ਫੜ ਕੇ ਮਤਲਬ ਇੱਕ ਵਾਰ ਤੇ ਸਾਰਾ ਤੋੜ-ਫੋੜ ਦਿੱਤਾ ਤੇ ਜਦੋਂ ਮੇਰਾ ਮੇਕਅਪ ਟੁੱਟਿਆ ਮੈਂ ਬਹੁਤ ਪੈਸੇ ਜੋੜ ਗਾ ਮੇਕਅਪ ਜਿਹੜਾ ਇਕੱਠਾ ਕਰਕੇ ਰੱਖਿਆ ਹੋਇਆ ਸੀ ਜ਼ਿੰਦਗੀ ਦੇ ਸਭ ਤੋਂ ਵੱਧ ਹਾਰਟ ਮੈਂ ਉਸ ਦਿਨ ਹੋਇਆ ਸੀ ਜਦੋਂ ਮੇਰਾ ਮੈਨੂੰ ਆਪਣੀ ਕੁੱਟ ਦਾ ਕੋਈ ਨਹੀਂ ਸੀ ਕਿ ਮੈਨੂੰ ਕੁੱਟ ਪਈ ਚਲੋ ਉਹ ਮਾਰ ਵੀ ਸਕਦੇ ਨੇ ਉਹ ਮਦਰ ਫਾਦਰ ਨੇ ਮੈਨੂੰ ਉਹ ਉਸ ਚੀਜ਼ ਤੋਂ ਕੋਈ ਨਹੀਂ ਜਿੱਥੇ ਉਹਨਾਂ ਨੂੰ ਗਲਤ ਲੱਗਦਾ ਉਹਨਾਂ ਦੀ ਇਡਿਓਲੋਜੀ ਦੇ ਅਕੋਰਡਿੰਗ ਉਹ ਮਾਰ ਸਕਦੇ ਨੇ ਭਾਵੇਂ ਮੈਂ ਉੱਥੇ ਸਹੀ ਸੀ ਪਰ ਚਲੋ ਪਰ ਜਿਹੜਾ ਮੇਰਾ ਮੇਕਅਪ ਟੁੱਟਾ ਸੀ ਨਾ ਉੱਤੇ ਮੈਂ ਬਹੁਤ ਰੋਇਆ ਸੀ ਕਿ ਮੈਂ ਉਸ ਦਿਨ ਤੋਂ ਮੈਨੂੰ ਇਹ ਹੀ ਕਿ ਮੈਂ ਆਪਣਾ ਮੂਵ ਔਨ ਹੋ ਜਾ ਇੱਥੋਂ ਛੱਡ ਦਵਾਂ ਪਰ ਨਹੀਂ ਫਿਰ ਮੈਂ ਸੋਚਿਆ ਨਹੀਂ ਮਾਪਿਓ ਜੇ ਕੁਝ ਕਹਿ ਰਹੇ ਸਾਡੇ ਭਲਾਈ ਲਈ ਹੋਊਗਾ ਪਰ ਫਿਰ ਮੈਂ ਇੱਕਦਮ ਉਹਨਾਂ ਦੇ ਪ੍ਰੈਸ਼ ਕਰਨਾ ਫਿਰ ਹੌਲੀ 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 ਮੈਂ ਉਹਨਾਂ ਨੂੰ ਸਮਝਾਇਆ ਥੋੜਾ ਥੋੜਾ ਕਰਕੇ ਬੂੰਦ ਬੂੰਦ ਕਰਕੇ ਉਹਨਾਂ ਨੂੰ ਜਿਹੜਾ ਹੁਣ ਉਹ ਥੋੜਾ ਸਮਝਦੇ ਨੇ ਤੇ ਕੁਝ ਕਹਿੰਦੇ ਨਹੀਂ ਆ ਪਰ ਕਿਤੇ ਨਾ ਕਿਤੇ ਅਜੇ ਵੀ ਉਹਨਾਂ ਨੂੰ ਇਹ ਥੋੜਾ ਬਹੁਤਾ ਚੀਜ਼ ਰੜਕ ਜਾਂਦੀ ਪਰ ਉਹ ਕੁਝ ਕਹਿੰਦੇ ਨਹੀਂ ਹੁਣ ਮੈਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਪਾ ਥੋੜਾ ਜਿਹਾ ਇਸ ਦੇ ਵਿੱਚ ਬਹੁਤ ਥੋੜਾ ਜਿਹਾ ਕਠੋਰ ਸੀ ਹੈ ਲੇਕਿਨ ਉਹਨੂੰ ਢਾਲਣ ਤੇ ਵੀ ਟਾਈਮ ਲੱਗਾ ਹੋਵੇਗਾ ਲੇਕਿਨ ਉਸ ਦੇ ਦੌਰਾਨ ਕੋਈ ਐਸਾ ਨਹੀਂ ਗੱਲਾਂ ਕੋਈ ਕੋਈ ਖੱਟੀਆਂ ਮਿੱਠੀਆਂ ਜਾਂ ਚੰਗੀ ਕੋਈ ਗੱਲ ਹੋਈ ਹੋਵੇ ਕੋ ਮਾੜੀ ਗੱਲ ਮੈਂ ਕਿਉਂਕਿ ਮਾੜੀ ਗੱਲ ਤੇ ਅਸੀਂ ਚਲੋ ਮਤਲਬ ਕਿ ਕਿ ਇਹ ਜਿਹੜਾ ਜਿਹੜੀ ਚੀਜ਼ ਅਸੀਂ ਕਰ ਰਹੇ ਆ ਨਾ ਉਹਤੇ ਕੋਈ ਆਬਜੈਕਸ਼ਨ ਜਿਹੜਾ ਕਰਨਾ ਉਹ ਮੇਰੇ ਖਿਆਲ ਚ ਆਸਾਨ ਲੋਕਾਂ ਵਾਸਤੇ ਹੁੰਦਾ ਗੱਲ ਕਰਨ ਵਾਸਤੇ ਵੀ ਦੇਖੋ ਜਿਹੜੇ ਮੇਰੇ ਫਾਦਰ ਨੇ ਉਹ ਵੈਸੇ ਵੀ ਕਹਿ ਦਿੰਦੇ ਕਿ ਸਾਲ ਕੇ ਬਾਅਦ ਸਾਡੀ ਇੱਕ ਵਾਰੀ ਨੇਰੀ ਆ ਜਾਂਦੀ ਹੁੰਦੀ ਸਾਰੇ ਭੈਂਪਰਾਵਾ ਦੀ ਉਹ ਸਾਲ ਕੇ ਬਾਅਦ ਇੱਕ ਵਾਰੀ ਕੁਝ ਕਹਿੰਦੇ ਆ ਅਦਰ ਅਸਲ ਉਹ ਕੁਝ ਉਹ ਮਤਲਬ ਘੱਟ ਬੋਲਣ ਵਾਲੇ ਆ ਬਹੁਤ ਚੰਗੇ ਤੇ ਭੋਲੇ ਇਨਸਾਨ ਨੇ ਉਹ ਤੇ ਉਹ ਜ਼ਿਆਦਾਤਰ ਮਤਲਬ ਸਾਨੂੰ ਸਾਲ ਬਾਅਦ ਇੱਕ ਗਲਤੀ ਕਰਨੀ ਤਾਂ ਸਾਲ ਬਾਅਦ ਇੱਕ ਵਾਰੀ ਸਾਡਾ ਘਟਾਪਾ ਲੱ ਸਦਾ ਹੁੰਦਾ ਸੀ ਸਾਰੇ ਭੈਣ ਭਰਾਵਾਂ ਦਾ ਤੇ ਬਾਕੀ ਇਹ ਕਿ ਉਹ ਰੋਜ਼ਾਨਾ ਨੋਕ ਟੋਕ ਬਿਲਕੁਲ ਨਹੀਂ ਕਰਦੇ ਉਹ ਮਤਲਬ ਮੇਰੀ ਖੁਸ਼ੀ 'ਚ ਆਪਣੀ ਖੁਸ਼ੀ ਦੇਖਦੇ ਆ ਮਤਲਬ ਕਹਿ ਸਕਦੇ ਕਿ ਮੈਨੂੰ ਮਾੜਾ ਮੈਨੂੰ ਬਹੁਤ ਆਪਣੀ ਲਾਈਫ ਦੇ ਵਿੱਚ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਮੈਨੂੰ ਬਸ ਇੱਕ ਦੋ ਜਿਹੜੀਆਂ ਗੱਲਾਂ ਕੋਈ ਕਮੈਂਟ ਕਰਦੇ ਉਹ ਮੈਂ ਇਗਨੋਰ ਕਰ ਦਿੰਨਾ ਪਰ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਹਰਕਤ ਜਾਂ ਐਵੇਂ ਦਾ ਕੁਝ ਵੀ ਨਹੀਂ ਹੋਇਆ ਸੀਗਾ ਕਲਾਕਾਰੀ ਦੇ ਵਿੱਚ ਵੀ ਤੁਸੀਂ ਬਹੁਤ ਜਿਹੜਾ ਹੈਗਾ ਨਾਮ ਕਮਾਇਆ ਔਰ ਸੋਸ਼ਲ ਮੀਡੀਆ ਦੇ ਉੱਤੇ ਜੋ ਤੁਸੀਂ ਮੇਕਅਪ ਕਰਦੇ ਜੇ ਗੈਟਅਪ ਆਪਣੀ ਬਣਾਉਂਦੇ ਜੇ ਕੀ ਉਹ ਤੁਸੀਂ ਆਪ ਹੀ ਤਿਆਰ ਹੁੰਦੇ ਜੇ ਜਾਂ ਕੋਈ ਤੁਹਾਨੂੰ ਅੱਗੋਂ ਤਿਆਰ ਕਰਦਾ ਦੇਖੋ ਜਦੋਂ ਅਸੀਂ ਵੀਡੀਓਜ਼ ਬਣਾਉਂਦੀਆਂ ਹੁੰਦੀਆਂ ਮੈਂ ਆਪਣਾ ਮੇਕਅਪ ਖੋਦ ਹੀ ਕਰਦਾ ਹਾਂ ਔਰ ਆਪਣਾ ਡਰੈੱਸ ਅਪ ਆਪਣੀਆਂ ਜਦੋਂ ਸ਼ੌਂਕਵੇਂ ਦੇ ਪੈਦਾ ਹੁੰਦੇ ਹਨ ਤੇ ਫਿਰ ਦਿਲ ਕਰਦਾ ਕਿ ਸਾਡੇ ਕੋਲ ਆ ਵੀ ਸਮਾਨ ਹੋਵੇ ਆ ਵੀ ਸਮਾਨ ਹੋਵੇ ਜਦੋਂ ਪੈਸੇ ਆਉਂਦੇ ਨੇ ਤੇ ਫਿਰ ਨਵੀਆਂ ਨਵੀਆਂ ਡਰੈਸਿਸ ਖਰੀਦੀਆਂ ਨੇ ਸੂਟ ਲੈ ਲਈਦੇ ਨੇ ਔਰ ਉਹ ਨਾਲੇ ਸਾਡੇ ਕੰਮ ਆ ਜਾਂਦੇ ਨੇ ਥੀਏਟਰ 'ਚ ਜਦੋਂ ਸਾਨੂੰ ਉਵੇਂ ਦਾ ਕਰੈਕਟਰ ਮਿਲਦਾ ਸੀ ਆਪਣੀਆਂ ਡਰੈਸਾਂ ਲੈ ਕੇ ਜਾਣੀਆਂ ਹੁੰਦੀਆਂ ਨੇ ਔਰ ਜਦੋਂ ਆਪਣਾ ਮੇਕਅਪ ਖੁਦ ਕਰੀਦਾ ਜਾਂ ਫਿਰ ਇਦਾਂ ਦੇ ਵੀ ਚਾਂਸ ਆ ਹੋ ਜਾਂਦਾ ਹੈ ਕਿ ਜਦੋਂ ਸਾਡੀ ਇੰਸਟਾਗ੍ਰam ਕਰਕੇ ਕੋਈ ਕਲੈਬੋਰੇਸ਼ਨ ਕਰਨਾ ਚਾਹੁੰਦੇ ਨੇ ਬਾਹਰ ਆਰਟਿਸਟ ਜਿਨ੍ਹਾਂ ਨੇ ਨਵਾਂ ਸੈਲਾਨ ਖੋਲਿਆ ਹੁੰਦਾ ਆ ਜਾਂ ਫਿਰ ਕੋਈ ਜਿਨ੍ਹਾਂ ਨੇ ਨਵੀਂ ਬੁਟੀਕ ਖ ਡਿਜ਼ਾਈਨਰ ਦੇ ਦਿੰਦੇ ਨੇ ਆਪਣੇ ਮੇਕਅਪ ਕਰਕੇ ਕਹਿ ਦਿੰਦੇ ਨੇ ਸਾਡੀ ਐਡ ਕਰ ਦਿਓ ਮਤਲਬ ਉਹ ਵੀ ਕਰ ਦਿੰਦੇ ਨੇ ਕਿਤੇ ਨਾ ਕਿਤੇ ਅਸੀਂ ਖੁਦ ਵੀ ਕਰ ਲੈਨੇ ਆ ਮੋਸਟਲੀ ਤਾਂ ਵੈਸੇ ਮੈਂ ਖੁਦ ਹੀ ਕਰਦਾ ਹੂੰ ਸੋਸ਼ਲ ਮੀਡੀਆ ਤੇ ਤੁਸੀਂ ਕਿਸ ਤਰ੍ਹਾਂ ਦੇ ਜਿਹੜੀਆਂ ਤੁਹਾਡੀਆਂ ਰੀਲਸ ਬਣੀਆਂ ਜਾਂ ਕਿਸ ਤਰ੍ਹਾਂ ਦੇ ਕੈਰੈਕਟਰ ਜਿਹੜੇ ਹੈਗੇ ਤੁਸੀਂ ਉਹ ਕੀਤੇ ਔਰ ਕੀ ਫੀਲ ਕਰਦੇ ਤੁਸੀਂ ਉਸ ਕੈਰੈਕਟਰ ਦੇ ਵਿੱਚ ਕਿ ਲੋਕੀ ਵੀ ਜਿਹੜੇ ਹੈਗੇ ਤੁਹਾਡੀ ਵਾਹ ਵਾਹ ਜਿਹੜੀ ਕਰਦੇ ਨੇ ਔਰ ਕਮੈਂਟਸ ਦਿੰਦੇ ਨੇ ਤੁਸੀਂ ਜਿਸ ਤਰ੍ਹਾਂ ਕਹਿੰਿਆ ਕਿ ਇੰਸਟਾਗ੍ਰam ਤੋਂ ਤੁਹਾਨੂੰ ਪੈਸੇ ਵੀ ਆਉਂਦੇ ਨੇ ਦੇਖੋ ਜਦੋਂ ਮੈਂ ਕੈਰੈਕਟਰ ਕਰਦਾ ਰਿਆਂ ਸ਼ੁਰੂਆਤ ਤੋਂ ਹੀ ਮੈਂ ਬਹੁਤ ਸੋਭਾ ਲਈ ਸਾਰਿਆਂ ਕੋਲੋਂ ਸ਼ਾਬਾਸ਼ੀ ਮਿਲੀ ਵੱਡੇ ਵੱਡੇ ਕਲਾਕਾਰ ਜਿਹੜੇ ਆ ਜਿਨ੍ਹਾਂ ਨੇ ਆਪਣਾ ਨਾਮ ਅੱਜ ਹੀਰੇਨ ਇੰਡਸਟਰੀ ਦੇ ਉਹਨਾਂ ਨੇ ਵੀ ਮੈਨੂੰ ਬਹੁਤ ਸਲਾਇਆ ਤੇ ਉਹ ਕਹਿੰਦੇ ਉਹਨਾਂ ਦੇ ਇਸ ਚੀਜ਼ ਨੇ ਮੈਨੂੰ ਹੌਸਲਾ ਦਿੱਤਾ ਤੇ ਜਦੋਂ ਮੈਂ ਵਾਂਸ ਵਨ ਪ੍ਰਾਈਜ਼ ਜਿੱਤਨੇ ਫਰਸਟ ਪ੍ਰਾਈਜ਼ ਹਮੇਸ਼ਾ ਮੇਰਾ ਫਰਸਟ ਪ੍ਰਾਈਜ਼ ਹੁੰਦਾ ਸੀ ਹਰ ਜਗ੍ਹਾ ਉਸ ਚੀਜ਼ ਤੋਂ ਮੈਨੂੰ ਹੌਸਲਾ ਮਿਲਿਆ ਉਤੋਂ ਮੈਂ ਪੜ੍ਹਾਈ 'ਚ ਵੀ ਬਹੁਤ ਅੱਗੇ ਸੀ ਸਾਰੇਆਂ ਸਾਰਿਆਂ ਤੋਂ ਇੰਟੈਲੀਜੈਂਟ ਸੀ ਯੂਨੀਵਰਸਿਟੀ ਦਾ ਗੋਲਡ ਮੈਡਲਿਸਟਾਂ ਗ੍ਰੈਜੂਏਸ਼ਨ ਦਾ ਵੀ ਗੋਲਡ ਮੈਡਲਿਸਟਾਂ ਤੇ ਔਰ ਐਮਏ ਦਾ ਵੀ ਗੋਲਡ ਮੈਡਲਿਸਟਾਂ ਮੈਂ ਐਮਏ ਕੰਪਲੀਟ ਕਰ ਲਈ ਆ ਤੇ ਉਥੋਂ ਟੀਚਰਾਂ ਨੂੰ ਇਹ ਹੁੰਦਾ ਸੀ ਕਿ ਚਲੋ ਜੇ ਇਹ ਕਲਚਰਲ ਐਕਟੀਵਿਟੀਆਂ ਕਰਦਾ ਆ ਤੇ ਇਹ ਪੜ੍ਹਾਈ 'ਚ ਵੀ ਸਭ ਤੋਂ ਅੱਗੇ ਆ ਉਹ ਤਾਂ ਮੈਨੂੰ ਬਹੁਤ ਪਸੰਦ ਕਰਦੇ ਸੀ ਇਸ ਚੀਜ਼ ਨਾਲ ਮੇਰਾ ਹੌਂਸਲਾ ਹੋਰ ਵੱਧਦਾ ਸੀ ਔਰ ਮੈਂ ਜਿਹੜੇ ਆ ਮੈਨੂੰ ਅਵਾਰਡ ਵੀ ਮਿਲੇ ਆ ਮੈਂ ਫੀਚਰ ਮੂਵੀ ਕੀਤੀ ਆ ਇੱਕ ਔਰ ਇੱਕ ਬਾਲੀਵੁੱਡ ਦੀ ਮੂਵੀ ਜਿਹੜੀ ਇੱਕ ਤਾ ਕਪੂਰ ਦੀ ਆਲਟ ਪੱਲਾਜੀ ਨਾਲ ਉਹਨਾਂ ਨਾਲ ਵੀ ਕੰਮ ਕੀਤਾ ਔਰ ਉੱਥੇ ਮੈਂ ਵਨ ਟੇਕ ਚੁੱਕੇ ਕਰ ਦੇਣਾ ਹਰ ਮੂਵੀ ਦੇ ਵਿੱਚ ਵਨ ਟੇਕ ਓਕੇ ਕਰਨਾ ਤੇ ਇਸ ਚੀਜ਼ ਨਾਲ ਮੈਨੂੰ ਬਹੁਤ ਵੱਡੇ ਵੱਡੇ ਡਾਇਰੈਕਟਰਸ ਜਿਹੜੇ ਆ ਉਹਨਾਂ ਨੇ ਮੇਰੀ ਤਾਰੀਫ਼ ਕਰਨੀ ਜਿਨ੍ਹਾਂ ਨੇ ਮੈਨੂੰ ਅੱਗੇ ਕਾਸਟਿੰਗ ਲਈ ਭੇਜਣਾ ਉਸ ਡਾਇਰੈਕਟਰਾਂ ਨੂੰ ਮੇ ਬਹੁਤ ਅੱਛਾ ਬੱਚਾ ਇਹ ਤੇ ਮੈਨੂੰ ਲੱਗਦਾ ਹੀ ਕਿ ਹਾਂ ਮੈਂ ਕੁਝ ਕਰ ਸਕਦਾ ਆ ਆਪਣੀ ਲਾਈਫ ਦੇ ਵਿੱਚ ਮੈਂ ਅੱਗੇ ਵਧਣਾ ਆ ਮੈਂ ਲੋਕਾਂ ਦੇ ਕਮੈਂਟਸ ਲੋਕਾਂ ਦੇ ਜਿਹੜੇ ਆ ਰੋਕ ਟੋਕਣਾ ਰੁਕਣਾ ਨਹੀਂ ਆ ਮੈਨੂੰ ਜੋ ਮਰਜ਼ੀ ਕਰਨਾ ਪਵੇ ਮੈਨੂੰ ਨੇਰੀ ਚਖੜ ਕੁਝ ਵੀ ਚੱਲਣਾ ਪਵੇ ਮੈਂ ਆਪਣੇ ਮੰਜ਼ਿਲ ਤੇ ਪਹੁੰਚਣਾ ਹੀ ਪਹੁੰਚਣਾ ਆ ਅਤੀਸ਼ ਕਮੈਂਟਸ ਦੀ ਗੱਲ ਕੀਤੀ ਕਿਸ ਤਰ੍ਹਾਂ ਦੇ ਕਮੈਂਟਸ ਜਿਹੜੇ ਹੈਗੇ ਕਈ ਵਾਰੀ ਤੁਹਾਨੂੰ ਆਂਦੇ ਹੋਣਗੇ ਕਿ ਜਿਹੜੇ ਇੱਕ ਕਈ ਵਾਰੀ ਤੁਹਾਨੂੰ ਹਰਟ ਵੀ ਕਰਦੇ ਹੋਣਗੇ ਲੇਕਿਨ ਫਿਰ ਵੀ ਤੁਸੀਂ ਆਪਣੇ ਜਿਹੜੇ ਇਸ ਜਜ਼ਬੇ ਨੂੰ ਕਾਇਮ ਰੱਖਿਆ ਬਿਲਕੁਲ ਬਿਲਕੁਲ ਕਮੈਂਟਸ ਵੈਸੇ ਤਾਂ ਮੈਂ ਇੰਸਟਾਗ੍ਰam ਤੇ ਕਹਿ ਲਉ ਕਿ ਕਮੈਂਟਸ ਆਫ ਕੀਤੇ ਨੇ ਪਰ ਮੈਂ ਆਫ ਵੀ ਇਸ ਦੁੱਖੋਂ ਕੀਤੇ ਨੇ ਕਈ ਕਹਿ ਦਿੰਦੇ ਸੀ ਤੂੰ ਲੜਕੀ ਕੋ ਬਣਾਏ ਤੂੰ ਲੜਕਾ ਹੈ ਲੜਕੀ ਹੈ ਮਤਲਬ ਤੂੰ ਕੀ ਇਹ ਕੀ ਕਰ ਰਿਹਾ ਹੈ ਤੂੰ ਆਪਣੇ ਮਾਪਿਆਂ ਦਾ ਨਾਮ ਖਰਾਬ ਕਰ ਰਿਹਾ ਹੈ ਤੂੰ ਆਪਣੇ ਇਹ ਪੰਜਾਬ ਵੀ ਤੁਸੀਂ ਪੰਜਾਬੀ ਹੋ ਪੰਜਾਬ ਦਾ ਨਾਮ ਖਰਾਬ ਕਰ ਰਹੇ ਹੋ ਕਿਉਂ ਪੰਜਾਬ ਵਿੱਚ ਤੁਸੀਂ ਕਮਿਊਨਿਟੀ ਦੇਖੋ ਕਿੰਡੀ ਵੱਡੀ ਆ ਸਾਡੀ ਕੀ ਤੁਸੀਂ ਪੰਜਾਬ ਦੇ ਵਿੱਚ ਕੀ ਕੋਈ ਐਵੇਂ ਦਾ ਬੱਚਾ ਨਹੀਂ ਹੋ ਸਕਦਾ ਕਿ ਜਿਹੜਾ ਕੋਈ ਡਬਲ ਕੈਰੈਕਟਰ ਕਰ ਸਕੇ ਜਾਂ ਫਿਰ ਮਤਲਬ ਕਿ ਉਹ ਲੋਕ ਕਹਿ ਲੋ ਕਿ ਮੈਂ ਉਹਨਾਂ ਨੂੰ ਬਿਲਕੁਲ ਹੀ ਅਨਪੜ੍ਹ ਸਮਝਦਾ ਹਾਂ ਜਦੋਂ ਹੁਣ ਤੱਕ ਕਮੈਂਟ ਆਫ ਕੀਤੇ ਨੇ ਤਾਂ ਕਈਆਂ ਦੇ ਨਾ ਮੈਸੇਜ ਆਏ ਹੁੰਦੇ ਹੁਣ ਸਾਨੂੰ ਸਾਰੇ ਮੈਸੇਜ ਰੀਡ ਕਰਨੇ ਪੈਂਦੇ ਨੇ ਕਿ ਜਿਵੇਂ ਮਤਲਬ ਪ੍ਰੋਮੋਸ਼ਨਸ ਆਉਂਦੀਆਂ ਨੇ ਸਾਨੂੰ ਉਸ ਤਰੀਕੇ ਨਾਲ ਸਾਰੇ ਮੈਸੇਜ ਰੀਡ ਕਰਨੇ ਪੈਂਦੇ ਨੇ ਕਈਆਂ ਨੇ ਤੇ ਇੰਨੀ ਤਾਰੀਫ਼ ਕੀਤੀ ਹੁੰਦੀ ਆ ਕਿ ਇਹਨਾਂ ਦੇ ਖੁਸ਼ ਹੁੰਦਾ ਕਿ ਉਹਨਾਂ ਨੂੰ ਰਿਪਲਾਈ ਕਰ ਹੀ ਦਈਦਾ ਹੈ ਤੇ ਕਈਆਂ ਨੇ ਮਤਲਬ ਕੁਝ ਗਲਤ ਵੀ ਲਿਖਿਆ ਹੁੰਦਾ ਹੈ ਤੇ ਉਹਨਾਂ ਨੂੰ ਗੁੱਸਾ ਤਾਂ ਬਹੁਤ ਆਉਂਦਾ ਹੈ ਕਿ ਦਿਲ ਕਰਦਾ ਇਸ ਬੰਦੇ ਨੂੰ ਵਿੱਚੋਂ ਕੱਢ ਲਈ ਆਈਡੀ ਦੇ ਪਰ ਕਹ ਲੋ ਕਿ ਕਹਿ ਦਈਦਾ ਕਿ ਛਿੱਟਾ ਨਹੀਂ ਪਵਾਉਣੀਆਂ ਇਹਨੂੰ ਛੇੜ ਕੇ ਤੇ ਇਸ ਕਰਕੇ ਇਗਨੋਰ ਕਰ ਦਈਦਾ ਕਿ ਚਲੋ ਜਿੱਦਨ ਕੁਝ ਬਣਾਂਗੇ ਇਹੋ ਹੀ ਲੋਕ ਤਾਰੀਫ ਕਰਨਗੇ ਜਿਸ ਤਰ੍ਹਾਂ ਕਿ ਤੁਸੀਂ ਹੁਣ ਅ ਅੱਛੇ ਪੜੇ ਲਿਖੇ ਜੇ ਔਰ ਤੁਸੀਂ ਐਵੇਂ ਕੀਤੀ ਹੈ ਹੈ ਔਰ ਕੈਰੇਕਟਰ ਵੀ ਤੁਹਾਡੇ ਬਹੁਤ ਵਧੀਆ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਇਕਤਾ ਕਪੂਰ ਵਾਲੀ ਕੀ ਉਹਦੇ ਵਿੱਚ ਤੁਸੀਂ ਕੀਤਾ ਕਿ ਕੋਈ ਡਾਇਲੌਗ ਜਾਂ ਕੋਈ ਤੁਸੀਂ ਉਹਦੇ ਵਿੱਚ ਡਿਲੀਵਰੀ ਤੁਹਾਡੀ ਹੋਈ ਹੈ ਜਾਂ ਕੋਈ ਵੈਸੇ ਅਸੀਂ ਕੀ ਸੀ ਉਹਦੇ ਵਿੱਚ ਕੈਰੈਕਟਰ ਸੀਗਾ ਇੱਕ ਉਹਦੇ ਵਿੱਚ ਪੀਜ਼ਾ ਡਿਲੀਵਰ ਆਉਂਦਾ ਹੈ ਮੇਰੇ ਘਰ ਤੇ ਉਹਦੇ ਕੋਲੋਂ ਮੈਂ ਪੀਜ਼ਾ ਲੈਣਾ ਆ ਤੇ ਉਹਦੇ ਨਾਲ ਜਿਹੜੀਆਂ ਗੱਲਾਂ ਹੁੰਦੀਆਂ ਜਿਹੜਾ ਭਵੇਨਾ ਆਪਣਾ ਉਹਨਾਂ ਦਾ ਮੇਨ ਹੀਰੋ ਦੇ ਨਾਲ ਮੇਰੇ ਹੈਗੇ ਸੀਗੇ ਤੇ ਉਹ ਮੈਂ ਆਪਣੇ ਇੰਸਟਾਗ੍ਰam ਜਿਹੜੀ ਮੇਰੀ ਆਈਡੀ ਆ ਕਰਨ ਗਿਲ ਅੰਡਰਸਕੋਰ ਕਰਨ ਗਿਲ 1578 ਉਹਦੇ ਤੇ ਮੈਂ ਹਾਈਲਾਈਟਸ ਵਿੱਚ ਪਾਇਆ ਵੀ ਆ ਆਪਣੀ ਔਰ ਥੀਏਟਰ ਐਕਟੀਵਿਟੀਜ਼ ਵੀ ਮੈਂ ਜਿਹੜੀਆਂ ਨਾਲ ਐਡ ਆਨ ਕੀਤੀਆਂ ਨੇ ਉਹਦੇ ਵਿੱਚ ਹਾਂਜੀ ਮੈਂ ਚਾਹਾਂਗਾ ਕਿ ਜੋ ਅਸੀਂ ਗੱਲਾਂ ਕਰ ਰਹੇ ਆ ਇੱਕ ਵਾਰੀ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿ ਕਰਨ ਜਿਹੜਾ ਹੈਗਾ ਇੱਕ ਬਹੁਤ ਵਧੀਆ ਆਰਟਿਸਟ ਹੈ ਔਰ ਜੋ ਉਹ ਦੱਸ ਰਿਹਾ ਉਹ ਕਰਦਾ ਵੀ ਹੈ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਕੁਝ ਉਹ ਕੋਈ ਡਾਇਲੌਗ ਕੋਈ ਐਕਟਿੰਗ ਜਾਂ ਕੁਝ ਕਰਕੇ ਥੋੜਾ ਜਿਹਾ ਦੱਸੋ ਕਿ ਕਰਨ ਕਰਨੀ ਹੈ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਲੋਕ ਉਹ ਇਹ ਸੋਚ ਲੈਂਦੇ ਨੇ ਕਿ ਸ਼ਾਇਦ ਕੋਈ ਬੰਦਾ ਆ ਉਹ ਇੰਸਟਾਗ੍ਰam ਤੇ ਸਿਰਫ ਕੁੜੀ ਬਣ ਰਿਹਾ ਕੁੜੀ ਨਹੀਂ ਬਣ ਰਿਹਾ ਉਹਦੇ ਪਿੱਛੇ ਉਹਦੀ ਬਹੁਤ ਸਾਰੀ ਮਿਹਨਤ ਆ ਉਹ ਬਹੁਤ ਕੋਈ ਕਲਾਕਾਰ ਵੀ ਹੋ ਸਕਦਾ ਆ ਕੋਈ ਆਰਟਿਸਟ ਵੀ ਹੋ ਸਕਦਾ ਕਿ ਜਿਹੜੇ ਥੀਏਟਰ ਆਰਟਿਸਟ ਹੋ ਸਕਦਾ ਆ ਕੋਈ ਫਿਲਮ ਆਰਟਿਸਟ ਹੋ ਸਕਦਾ ਆ ਜ਼ਰੂਰੀ ਨਹੀਂ ਕਿ ਕੋਈ ਕੁੜੀ ਬਣ ਕੇ ਸਿਰਫ ਤੁਹਾਡੇ ਲਈ ਐਂਟਰਟੇਨਮੈਂਟ ਕਰ ਰਿਹਾ ਹੈ ਉਦੇ ਨਾਲ ਮੈਨੂੰ ਵੀ ਕੁਝ ਨਹੀਂ ਮਿਲਣਾ ਤੇ ਮੈਂ ਤੁਹਾਡੀ ਐਂਟਰਟੇਨਮੈਂਟ ਲਈ ਬਣਾ ਮੈਂ ਇਹ ਵੀ ਨਹੀਂ ਸਮਝਦਾ ਇਸ ਲਈ ਮੈਂ ਆਪਣੀ ਖੁਸ਼ੀ ਲਈ ਕਰਦਾ ਹਾਂ ਔਰ ਮੈਂ ਆਪਣੇ ਥੀਏਟਰ ਲਈ ਕਰਦਾ ਹਾਂ ਜਦੋਂ ਮੈਨੂੰ ਮੈਂ ਤਿਆਰ ਹੁੰਨਾ ਥੀਏਟਰ ਲਈ ਤਾਂ ਮੈਂ ਵੀਡੀਓਜ਼ ਬਣਾ ਲੈਣਾ ਆਪਣੀ ਖੁਸ਼ੀ ਲਈ ਮੈਂ ਜਿਹੜਾ ਆ ਇਹ ਕਰਦਾ ਹਾਂ ਤੇ ਤੁਸੀਂ ਵੀ ਆਪਣੀ ਸੋਚ ਬਦਲੋ ਜਿਹੜੀ ਇਹ ਅਨਪੜ ਸੋਚ ਕਈ ਰੱਖਦੇ ਨੇ ਤੇ ਉਹ ਸੋਚ ਬਦਲ ਕੇ ਥੋੜੀ ਅਗਾ ਵਧੋ ਜਦੋਂ ਕਹਿ ਦਿੰਦੇ ਆ ਕਿ ਅਸੀਂ ਬਾਹਰ ਜਾਣਾ ਆ ਅਸੀਂ ਇਹ ਜਦੋਂ ਤੁਸੀਂ ਇਹੋ ਜੀ ਆਪਣੀ ਸਾਈਕੀ ਰੱਖਦੇ ਜੇ ਤੇ ਫਿਰ ਆਪਣੀ ਸੋਚ ਨੂੰ ਵੀ ਜਿਹੜਾ ਉਹ ਤੁਸੀਂ ਸਹੀ ਕਰੋ ਉਹ ਤੁਸੀਂ ਆਪਣੀ ਬਦਲੋ ਤਾਂ ਕਿ ਮਤਲਬ ਆਉਣ ਵਾਲੀਆਂ ਜਨਰੇਸ਼ਨ ਜਿਹੜੀ ਆ ਉਹਦੇ ਵਿੱਚ ਇਹ ਚੀਜ਼ਾਂ ਫੇਸ ਨਾ ਕਰਨੀਆਂ ਪੈਣ ਸਾਡੇ ਜਿਹੜੇ ਗਾਂ ਇਵੇਂ ਦੇ ਆਰਟਿਸਟ ਹੋਣਗੇ ਮੇਰਾ ਸਵਾਲ ਸੀ ਕਿ ਜਿਹੜੇ ਤੁਸੀਂ ਉਹ ਸੀਰੀਅਲ ਜਾਂ ਕੁਝ ਜੋ ਵੀ ਕੀਤਾ ਦਰਸ਼ਕਾਂ ਨੂੰ ਥੋੜਾ ਜਿਹਾ ਉਹ ਕੁਝ ਐਕਟ ਕਰਕੇ ਜਾਂ ਕੁਝ ਡਾਇਲੌਗ ਸੁਣਾ ਕੇ ਕਿ ਵਾਕੇ ਹੀ ਉਹਦੇ ਵਿੱਚ ਜਿਹੜਾ ਸੀ ਕਰੈਕਟਰ ਕਰਨੇ ਕੀਤਾ ਸੀ ਇੱਕ ਦੇਖ ਲਓ ਰੁਕ ਲਓ ਜਿਸ ਤਰ੍ਹਾਂ ਕਿ ਤੁਸੀਂ ਬਹੁਤ ਵਧੀਆ ਆਰਟਿਸਟ ਜੇ ਔਰ ਜੋ ਤੁਹਾਡੀ ਕੁਆਲੀਫਿਕੇਸ਼ਨ ਹੋ ਗਈ ਹੈ ਜੋ ਤੁਹਾਡੇ ਮਤਲਬ ਇੱਕ ਅੰਦਾਜ਼ ਆ ਇੱਕ ਬੋਲਣ ਦਾ ਜੋ ਵੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਅਗਰ ਆਪਾਂ ਗੱਲ ਕਰਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਪਰਿਵਾਰ ਹੈ ਪਰਿਵਾਰ ਦੇ ਵਿੱਚ ਤੁਹਾਡੇ ਨਾਲੇ ਕੌਣ-ਕੌਣ ਹੈਗਾ ਔਰ ਅੱਗੋ ਕੀ ਤੁਹਾਡੀ ਪਲਾਨ ਹੈ ਪਲਾਨ ਕੀਤਾ ਹੋਏਗਾ ਤੁਹਾਡੇ ਮਾਤਾ-ਪਿਤਾ ਨੇ ਵੀ ਤੁਹਾਡੇ ਬਾਰੇ ਦਾ ਸਾਰ ਦੇਖੋ ਆਉਣ ਵਾਲੇ ਟਾਈਮ 'ਚ ਮੈਂ ਰਵਾਂਗਾ ਤੇ ਆਪਣੇ ਮਮਾ ਹੋਣਾ ਕੋਲੇ ਕਿਉਂਕਿ ਮਮਾ ਤੋਂ ਬਿਨਾ ਮੇਰਾ ਦਿਲ ਵੀ ਨਹੀਂ ਲੱਗਦਾ ਤੇ ਉਹਨਾਂ ਵਿੱਚ ਹੀ ਮੇਰੀ ਜਾਨ ਹੈ ਤੇ ਉਹਨਾਂ ਨਾਲ ਹੀ ਮੈਂ ਰਵਾਂਗਾ ਤੇ ਮੇਰਾ ਪਲਾਨ ਫਿਊਚਰ ਦਾ ਹੈ ਕਿਉਂਕਿ ਮੇਰੇ ਐਮਏ ਲਿਟਰੇਚਰ ਕੀਤੀ ਆ ਤੇ ਮੇਰਾ ਪਲਾਨ ਹੈ ਪ੍ਰੋਫੈਸਰ ਬਣਨ ਦਾ ਤੇ ਯੂਜੀਸੀ ਦੀ ਵੀ ਨੈਟ ਦੀ ਮੈਂ ਤਿਆਰੀ ਕਰ ਰਿਹਾ ਹਾਂ ਚਲੋ ਪੀ ਐਚ ਡੀ ਜਦੋਂ ਕੰਪਲੀਟ ਹੋ ਗਈ ਤਾਂ ਮੈਂ ਪ੍ਰੋਫੈਸਰ ਵੀ ਜਿਹੜਾ ਆ ਬਣ ਜਾਵਾਂਗਾ ਤੇ ਬਾਕੀ ਨਾਲ ਦੇ ਨਾਲ ਮੈਂ ਇੱਕ ਸੋਚਦਾ ਆ ਕਿ ਮੇਰਾ ਫੋਰਨ ਦਾ ਵੀ ਬਣ ਜੇ ਤੇ ਮੈਂ ਆਪਣੇ ਹੋ ਸਕਦਾ ਆ ਕਿ ਮਾਤਾ ਪਿਤਾ ਦੇ ਨਾਲ ਹੀ ਜਿਹੜਾ ਆ ਬਾਹਰ ਦਾ ਪਲਾਨ ਕਰ ਲਵਾਂ ਕਿਉਂਕਿ ਜਿਹੜਾ ਆ ਮੇਰਾ ਇਹ ਕੇ ਸ਼ੌਂਕ ਸੀ ਬਾਹਰ ਜਾਂਦਾ ਵੀ ਸੀ ਇੱਕ ਮੇਰਾ ਸੀਗਾ ਟੀਚਰ ਦਾ ਹੁਣ ਦੋਵੇਂ ਇੱਕ ਹੀ ਦਾ ਇੱਕ ਸ਼ੌਂਕ ਹੁੰਦਾ ਮੇਰੇ ਦੋਸ ਹੈ ਪਰ ਕਈ ਵਾਰੀ ਕਈ ਕਹਿ ਲੈਂਦੇ ਕਿ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਡੁੱਬਦਾ ਪਰ ਨਹੀਂ ਮੈਂ ਉਹ ਬੇੜੀ ਬਿਲਕੁਲ ਮਜ਼ਬੂਤ ਕੀਤੀ ਹੋਈ ਹੈ ਮੈਂ ਉਧਰ ਵੀ ਰੱਖਦਾ ਹੈ ਆਪਣਾ ਇੱਕ ਵੀ ਜੇ ਇੱਕ ਬੇੜੀ 'ਚ ਪੈਰ ਧਰੀਏ ਤੇ ਜੇ ਉਹੋ ਹੀ ਬੇੜੀ ਡੁੱਬ ਜੇ ਤੇ ਫਿਰ ਦੂਜੀ ਬੇੜੀ 'ਚ ਵੀ ਛਾਲ ਨਹੀਂ ਵਜਦੀ ਇਸ ਕਰਕੇ ਮੈਂ ਦੋ ਰਾ ਆਪਣੇ ਰੱਖੇ ਨੇ ਦੋ ਮੰਜ਼ਿਲਾ ਮੈਂ ਦੋਵਾਂ ਵੱਲ ਹੀ ਗ로우 ਕਰਦਾ ਪਿਆ ਆ ਤੇ ਨਾਲ-ਨਾਲ ਆਪਣਾ ਜਿਹੜਾ ਆ ਇਹ ਵਰਕ ਜੇ ਮੈਂ ਬਾਹਰ ਵੀ ਚੱਲ ਗਿਆ ਤੇ ਮੈਂ ਇਸ ਚੀਜ਼ ਨੂੰ ਤੇ ਕਦੇ ਵੀ ਛੱਡਣ ਵਾਲਾ ਨਹੀਂ ਆ ਆਪਣਾ ਥੀਏਟਰ ਵਰਕ ਆਪਣੀ ਫਿਲਮ ਇੰਡਸਟਰੀ 'ਚ ਮੈਂ ਉਦੋਂ ਵੀ ਕੰਮ ਕਰਦਾ ਰਵਾਂਗਾ ਤੇ ਮੈਂ ਜਿਹੜਾ ਹੁਣ ਵੀ ਕਰ ਰ ਦੇ ਵਿੱਚ ਮੈਂ ਜਾਣਾ ਹੈ ਤਾਂ ਫਿਰ ਤਾਂ ਮੇਰਾ ਇੱਥੇ ਜਿਹੜਾ ਆ ਉਹ ਚੱਲਦਾ ਹੀ ਜਾ ਰਿਹਾ ਹੈ ਤੇ ਇਸ ਚੀਜ਼ ਨੂੰ ਮੈਂ ਹੋਰ ਜਿਹੜਾ ਆ ਗਾਂ ਵਧਾਵਾਂਗਾ ਆਪਣਾ ਜਿਸ ਤਰ੍ਹਾਂ ਕਿ ਕਰਨ ਥੋੜੇ ਦਿਨ ਨੂੰ ਤੁਹਾਡੇ ਨਾਲ ਗੱਲ ਹੋਈ ਸੀ ਔਰ ਤੁਸੀਂ ਕਿਹਾ ਸੀ ਕਿ ਮੈਂ ਕੋਈ ਪਾਰਟੀ ਤੇ ਜਾ ਰਿਹਾ ਵਾਂ ਲੇਕਿਨ ਉਹ ਵੀ ਫੀਮੇਲ ਦੇ ਜਿਹੜੇ ਗੈਟਅਪ ਦੇ ਵਿੱਚ ਜਾ ਰਿਹਾ ਉਹ ਕੀ ਸੀ ਉਹ ਕੀ ਲੁੱਕੀ ਤੁਹਾਨੂੰ ਇਸ ਤਰ੍ਹਾਂ ਬੁਲਾਉਂਦੇ ਨੇ ਉੱਥੇ ਫਿਰ ਤੁਸੀਂ ਕੀ ਕਰਦੇ ਜੀ ਬਿਲਕੁਲ ਬਿਲਕੁਲ ਉਹ ਮਤਲਬ ਜਿਵੇਂ ਤੁਸੀਂ ਦੱਸ ਰਹੇ ਕਿ ਤੁਸੀਂ ਵੀ ਜਿੱਦਾ ਕਿੰਨਾ ਪਸੰਦ ਕਰਦੇ ਹੋ ਇਸ ਕੈਰੈਕਟਰ ਨੂੰ ਹੈਨਾ ਇਵੇਂ ਹੀ ਤਾਂ ਮਤਲਬ ਇੱਕ ਆਰਟਿਸਟ ਨੇ ਤੇ ਉਹ ਉਹਨਾਂ ਦੀ ਪਾਰਟੀ ਸੀ ਤੇ ਉਹ ਕਹਿ ਰਹੇ ਸੀ ਕਿ ਜੇ ਤੁਸੀਂ ਇਸੇ ਇੱਕ ਫੀਮੇਲ ਗੈਟਅਪ ਦੇ ਵਿੱਚ ਆਉਣਾ ਹੈ ਤੇ ਉਹਨਾਂ ਨੇ ਸਪੈਸ਼ਲ ਇਨਵਾਈਟ ਕੀਤਾ ਸੀ ਐਜ਼ ਅ ਗੈਸਟ ਆਨਰ ਇਨਵਾਈਟ ਕੀਤਾ ਸੀ ਤੇ ਉਹ ਫਿਰ ਇਸ ਕਰਕੇ ਮੈਂ ਉਹ ਪਾਰਟੀ ਵਿੱਚ ਜਾ ਰਿਹਾ ਸੀ ਜਦੋਂ ਤੁਸੀਂ ਮੈਨੂੰ ਕਾਲ ਕੀਤੀ ਸੀ ਤੇ ਤਾਂ ਕਰਕੇ ਆਪਾਂ ਉਸ ਦਿਨ ਵੀ ਇੰਟਰਵਿਊ ਨਹੀਂ ਕਰ ਸਕੇ ਤੇ ਜਿਹੜਾ ਉਹ ਇਸ ਚੀਜ਼ ਨੂੰ ਪਸੰਦ ਕਰਦੇ ਨੇ ਤਾ ਕਰਕੇ ਮੈਂ ਉਹਨਾਂ ਦੇ ਕੈਨ ਤੇ ਉਹ ਵੱਡੇ ਨੇ ਮੇਰੇ ਤੋਂ ਉਹਨਾਂ ਦੇ ਕੈਨ ਤੇ ਮੈਂ ਜਿਹੜਾ ਉਹਨਾਂ ਦੀ ਗੱਲ ਨੂੰ ਨਹੀਂ ਤਾਲਿਆ ਤੇ ਮੈਂ ਐਜ਼ ਅ ਗੈਸਟ ਉਸ ਪਾਰਟੀ ਦੇ ਵਿੱਚ ਫੀਮੇਲ ਗੈਟਅੱਪਸ ਗਿਆ ਸੀ ਕੀ ਜਦੋਂ ਤੁਸੀਂ ਉੱਥੇ ਜਾਂਦੇ ਜੇ ਕੀ ਰਿਐਕਸ਼ਨ ਮਿਲਦਾ ਗੋਂ ਲੋਕਾਂ ਦੇ ਵਿੱਚ ਵੀ ਉਹਦੇ ਵਿੱਚ ਨੈਗੇਟਿਵ ਵੀ ਮਿਲਦਾ ਹੋਵੇਗਾ ਪੋਜ਼ਿਟਿਵ ਵੀ ਮਿਲਦਾ ਹੋਵੇਗਾ ਔਰ ਕੀ ਆਨ ਆਲੇ ਟਾਈਮ ਦੇ ਵਿੱਚ ਕੀ ਸੁਪਨੇ ਨੇ ਤੁਹਾਡੇ ਦੇਖੋ ਜਦੋਂ ਆਪਾਂ ਜਾਈਦਾ ਏ ਤੇ ਲੋਕ ਸਾਰੇ ਇੰਸਟਾਗ੍ਰਾਮ ਵੀਡੀਓਜ਼ ਦੇ ਵੇਖਦੇ ਰੀਲਸ ਦੇਖਦੇ ਤੇ ਆਪਾਂ ਕਿਸੇ ਧਾਰਮਿਕ ਸਥਾਨ ਤੇ ਵੀ ਚਲ ਜਾਈਏ ਉੱਥੇ ਵੀ ਲੋਕ ਭੱਜੇ ਆਉਂਦੇ ਨੇ ਜੇ ਆਪਾਂ ਕਿਤੇ ਕੋਈ ਫੈਸਟੀਵਲ ਕੋਈ ਕੋਚ ਆ ਜਾਏ ਉੱਥੇ ਵੀ ਚਲ ਜਾਈਏ ਰੋਡ ਤੇ ਚਲ ਜਾਈਏ ਮਾਰਕੀਟ ਚਲ ਜਾਈਏ ਤੇ ਭੱਜੇ ਆਉਂਦੇ ਨੇ ਲੋਕ ਜਦੋਂ ਆਪਾਂ ਪਾਰਟੀਆਂ 'ਚ ਵੀ ਜਾਂਦੇ ਆ ਤੇ ਸਾਰੇ ਆਉਂਦੇ ਨੇ ਮਤਲਬ ਫੋਟੋ ਕਰਾਉਂਦੇ ਨੇ ਸਾਡੇ ਨਾਲ ਕੀ ਵੀ ਰਸੀ ਤੁਹਾਡੇ ਨਾਲ ਵੀਡੀਓਜ਼ ਬਣਾਉਣੀਆਂ ਫਿਰ ਉਹਨਾਂ ਨੂੰ ਉਹਨਾਂ ਨੇ ਕਦੀ ਮੈਂ ਕਿਸੇ ਦਾ ਦਿਲ ਨਹੀਂ ਤੋੜਿਆ ਜਿੱਦਾਂ ਉਹ ਕਹਿ ਦਿੰਦੇ ਨੇ ਕਿ ਫੋਟੋ ਕਰਾਉਣੀ ਆ ਜਾਂ ਵੀਡੀਓ ਬਣਾਉਣੀ ਮੇਰਾ ਭ ਦੇ ਨੇ ਮੈਂ ਉਹਨਾਂ ਦੇ ਨਾਲ ਉਸੇ ਵੇਲੇ ਫੋਟੋਜ਼ ਵੀ ਕਰਵਾ ਲੈਣਾ ਐ ਵੀਡੀਓਜ਼ ਵੀ ਬਣਾਉਣਾ ਆ ਤੇ ਮਤਲਬ 네ਗੇਟਿਵ ਉਸ ਟਾਈਮ ਦੇ ਤੇ ਕੋਈ ਵੀ ਨਹੀਂ ਬੋਲਦਾ ਮਤਲਬ ਕਹਿ ਲਓ ਕਿ ਜਦੋਂ ਆਪਾਂ ਕਿਤੇ ਜਾਣਦੇ ਆ ਉਸ ਟਾਈਮ ਤੇ ਤੇ ਚਲੋ ਜੇ ਕੋਈ ਬੈਕਸਾਈਡ ਤੇ ਕਹਿ ਵੀ ਲੈਂਦਾ ਹੋਊਗਾ ਤੇ ਚਲੋ ਕੋਈ ਗੱਲ ਨਹੀਂ ਜਿਸ ਦਿਨ ਮੈਂ ਕੁਝ ਬਣ ਕੇ ਦਿਖਾਵਾਂਗਾ ਉਹ ਉਹਨਾਂ ਦੇ ਮੂੰਹੋਂ ਵੀ ਮੈਂ ਆਪਣੀ ਮਿਠਾਸ ਆਪਣੇ ਲਈ ਲੈ ਆਵਾਂਗਾ ਜਿਸ ਤਰ੍ਹਾਂ ਕਿ ਕਰਨ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ ਇੰਟਰਵਿਊ ਹੈ ਦਰਸ਼ਕ ਤੁਹਾਡੇ ਦੇਖਦੇ ਹੋਣਗੇ ਔਰ ਖਾਸ ਕਰਕੇ ਅਸੀਂ ਦੇਖਦੇ ਆ ਕਿ ਜਦੋਂ ਅਸੀਂ ਕਿਸੇ ਕਲਾਕਾਰ ਦੀ ਖਾਸ ਕਰਕੇ ਤੁਹਾਡੇ ਵਰਗਿਆਂ ਦੀ ਜਿਵੇਂ ਕਿ ਜਿਸ ਤਰ੍ਹਾਂ ਤੁਸੀਂ ਕਰੈਕਟਰ ਲੜਕੀ ਦਾ ਕਰਦੇ ਜੇ ਔਰ ਬਹੁਤ ਸਾਰੇ ਜਿਹੜੇ ਲੋਕ ਨੇ ਸਾਡੇ ਦਰਸ਼ਕ ਵੀ ਨੇ ਉਹ ਕਮੈਂਟਸ ਵੀ ਕੁਝ ਹੋਰ ਤਰ੍ਹਾਂ ਕਈ ਲੋਕ ਦਿੰਦੇ ਨੇ ਲੇਕਿਨ ਇੱਕ ਕੁਝ ਲੋਕ ਜਿਹੜੇ ਨੇ ਉਹ ਤੁਹਾਡੀ ਕਲਾ ਦੀ ਤਾਰੀਫ ਵੀ ਕਰਨਗੇ ਕੁਝ ਲੋਕ ਇਸ ਤਰ੍ਹਾਂ ਦੇ ਕਮੈਂਟਸ ਵੀ ਦੇਣਗੇ ਕੀ ਕਹਿਣਾ ਚਾਹੋਗੇ ਖਾਸ ਕਰਕੇ ਉਹ ਜਿਹੜੇ ਦਰਸ਼ਕਾਂ ਨੂੰ ਵੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ ਔਰ ਖਾਸ ਕਰਕੇ ਜਿਸ ਤਰ੍ਹਾਂ ਦੇ ਤੁਸੀਂ ਕੈਰੈਕਟਰ ਕਰਦੇ ਜੇ ਲੜਕੀ ਦਾ ਕਰਦੇ ਜੇ ਹਨਾ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਲੜਕੇ ਨੇ ਬਹੁਤ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਅਗਰ ਕਿਸੇ ਬਾਜ਼ਾਰ ਚ ਜਾਂਦੇ ਨੇ ਤਾਂ ਉਹਨਾਂ ਨੂੰ ਕਮੈਂਟਸ ਜਿਹੜੇ ਨੇ ਉਹ ਭੜੇ ਭੜੇ ਜਿਹੜੇ ਹੈਗੇ ਲੋਕ ਕਰਦੇ ਨੇ ਲੋਕ ਉਹਨਾਂ ਬਾਰੇ ਕੁਝ ਬਹੁਤ ਗੰਦਾ ਸੋਚਦੇ ਨੇ ਹਨਾ ਦੇਖੋ ਜਿਹੜੇ ਲੋਕ ਉਹਨਾਂ ਲਈ ਗਲਤ ਅੰਦਾਜ਼ ਰੱਖਦੇ ਨੇ ਆਪਣੇ ਦਿਮਾਗ ਵਿੱਚ ਤੇ ਉਹ ਉਹ ਇਹ ਸੋਚ ਕੇ ਚੱਲਣ ਕਿ ਉਹਨਾਂ ਨੇ ਆਪਣੀ ਕਿਸਮਤ ਨੂੰ ਕਿਸੇ ਮੰਜੇ ਦੇ ਪਾਵੇ ਨਾਲ ਨਹੀਂ ਬੰਨਿਆ। ਉਹ ਇਸ ਜਿਸ ਤਰ੍ਹਾਂ ਦੇ ਉਹ ਬੱਚੇ ਨੇ ਕੱਲ ਨੂੰ ਰੱਬ ਤੁਹਾਨੂੰ ਵੀ ਉਸ ਤਰ੍ਹਾਂ ਦੇ ਬੱਚੇ ਦੇ ਸਕਦਾ। ਫੇਰ ਤੁਸੀਂ ਕਿ ਤੁਸੀਂ ਫੇਰ ਤੁਸੀਂ ਕਿੱਥੇ ਨੱਕ ਦੇਣ ਜੋਗੇ ਰਹੋਗੇ? ਇਸ ਕਰਕੇ ਰੱਬ ਤੋਂ ਡਰ ਕੇ ਕਿਸੇ ਨੂੰ ਕੋਈ ਕਮੈਂਟ ਕਰੋ ਜੇ ਕੱਲ ਨੂੰ ਜਿਵੇਂ ਤੁਹਾਡਾ ਬੱਚਾ ਉਹਦੇ ਅੰਦਾਜ਼ ਕੋਈ ਇਵੇਂ ਦੇ ਹੋਏ ਉਹ ਵਰਸਟਾਈਲ ਕੈਰੈਕਟਰ ਕਰੇ ਉਹ ਆਰਟਿਸਟ ਇਦਾਂ ਦਾ ਹੋਵੇ ਕਿ ਉਹ ਬੱਚਾ ਹੀ ਇਦਵੇਂ ਚ ਇਵੇਂ ਦਾ ਹੋਵੇ ਤੇ ਫਿਰ ਤੁਸੀਂ ਉਹਦੀ ਖੁਸ਼ੀ 'ਚ ਆਪਣੀ ਖੁਸ਼ੀ ਵੇਖੋਗੇ ਜਾਂ ਫਿਰ ਉਹਦਾ ਗਲ ਘੁੱਟ ਕੇ ਮਾਰ ਦਿਓਗੇ ਇਹੋ ਹੀ ਹੈ ਨਾ ਤੇ ਫਿਰ ਮਤਲਬ ਇਵੇਂ ਦੀ ਸੋਚ ਰੱਖਣ ਵਾਲੇ ਮੈਂ ਤਾਂ ਕਹਿੰਦਾ ਕਿ ਜਿਹੜੇ ਪਰਮਾਤਮਾ ਉਹਨਾਂ ਨੂੰ ਦੇਣਾ ਹੀ ਉਹਨਾਂ ਨੂੰ ਚਾਹੀਦਾ ਜਿਹੜੇ ਇਵੇਂ ਦੀ ਸੋਚ ਰੱਖਦੇ ਨੇ ਜਿਹੜੇ ਲੋਕਾਂ ਨੂੰ ਗਲਤ ਕਮੈਂਟ ਕਰਦੇ ਨੇ ਤੇ ਤੁਸੀਂ ਰੱਬ ਤੋਂ ਡਰ ਕੇ ਰਿਆ ਕਰੋ ਤੇ ਮਤਲਬ ਕਿ ਕਿਸੇ ਦਾ ਵੀ ਦਿਲ ਨਾ ਦਿਖਾਇਆ ਕਰੋ ਕਿਉਂਕਿ ਹਮੇਸ਼ਾ ਬਚਪਨ ਤੋਂ ਹੀ ਪੇਰੈਂਟ ਸਮਝਾਉਂਦੇ ਨੇ ਕਿ ਜਦੋਂ ਕਿਸੇ ਦਾ ਦਿਲ ਦਿਖਾਈਦਾ ਹੈ ਉਦੋਂ ਰੱਬ ਰੱਬ ਰੋਂਦਾ ਹੈ ਤੇ ਜਦੋਂ ਕਿਸੇ ਦਾ ਦਿਲ ਦਿਖਾਉਂਦੇ ਹੋ ਜਿਹੜੀ ਉਹਦੇ ਮੂੰਹ ਚ ਬਦਸੀਸ ਨਿਕਲਦੀ ਆ ਜਾਂ ਜਿਹੜੀ ਉਹਦੇ ਅੰਦਰੋਂ ਗੱਲ ਨਿਕਲਦੀ ਆ ਔਰ ਜ਼ਰੂਰ ਉੱਪਰ ਜਾ ਕੇ ਲੱਗਦੀ ਹੈ ਕਿਉਂਕਿ ਜਿਹੜਾ ਇੱਕ ਅੰਦਰੋਂ ਤੜਫਿਆ ਬੰਦਾ ਹੁੰਦਾ ਜਿਹੜਾ ਇੱਕ ਆਪਣੇ ਆਪ ਨੂੰ ਵਿਚਾਰਾ ਸਮਝਦਾ ਹੈ ਯਾ ਮਤਲਬ ਉਵੇਂ ਦਾ ਤੇ ਜਿਹੜਾ ਉਹਦੇ ਮੂੰਹ ਤੁਸੀਂ ਜਿਹੜੀ ਬਦਸੀਸ ਲੈਂਦੇ ਹੋ ਤੁਹਾਨੂੰ ਜ਼ਰੂਰ ਲੱਗਦੀ ਹੈ ਇਸ ਕਰਕੇ ਕਿਸੇ ਨੂੰ ਵੀ ਬੈਡ ਕਮੈਂਟ ਜਾਂ ਕਿਸੇ ਦਾ ਵੀ ਦਿਲ ਨਾ ਦਿਖਾਇਆ ਕਰੋ ਹਮੇਸ਼ਾ ਹਰ ਇੱਕ ਦੀ ਰਿਸਪੈਕਟ ਕਰੋ ਜੇ ਤੁਸੀਂ ਕਿਸੇ ਦੀ ਰਿਸਪੈਕਟ ਕਰੋਗੇ ਤਾਂ ਉਹ ਅਗਲਾ ਬੰਦਾ ਖੁਦ ਹੀ ਤੁਹਾਨੂੰ ਰਿਸਪੈਕਟ ਦੇਵੇਗਾ ਔਰ ਜਦੋਂ ਇਕਤਾ ਜਿੱਦਾਂ ਮੰਨ ਲਓ ਕਿ ਇਹਨਾਂ ਕਮੈਂਟ ਕੀਤਾ ਹੈ ਕਿਸੇ ਨੇ ਤੇ ਜੇ ਅੱਗੋਂ ਉਹ ਜਿਆ ਕੋਈ ਬੰਦਾ ਹੋਵੇ ਤੇ ਉਹ ਫਿਰ ਲੜਾਈ ਹੋ ਜੂਗੀ ਉੱਤੇ ਕੁਛ ਨਾ ਕੁਛ ਹੋਊਗਾ ਨਾਲੇ ਚਾਰ ਬੰਦਿਆਂ ਚ ਬੇਸਤੀ ਹੋਊਗੀ ਤੇ ਇਸ ਕਰਕੇ ਜਿਹੜੇ ਹੁਣ ਵੀ ਵੀਡੀਓਜ਼ ਤੋਂ ਬਾਅਦ ਜੇ ਕੋਈ ਬੈਡ ਕਮੈਂਟ ਕਰਦਾ ਹੈ ਤੇ ਉਹਨਾਂ ਬੰਦਿਆਂ ਨੂੰ ਮੈਂ ਇਗਨੋਰ ਕਰਦਾ ਹਾਂ ਮੈਨੂੰ ਉਹਨਾਂ ਦੀ ਪਰਵਾਹ ਨਹੀਂ ਮੈਨੂੰ ਆਪਣੀ ਲਾਈਫ ਦਾ ਪਤਾ ਹੈ ਮੈਨੂੰ ਆਪਣੇ ਗੋਲ ਦਾ ਪਤਾ ਹੈ ਕਿ ਜੇ ਕੋਈ ਮਾੜਾ ਕਮੈਂਟ ਕਰਦਾ ਹੈ ਮੈਂ ਸਗੋਂ ਉਹਨਾਂ ਦੀ ਵੀ ਸੋਚ ਨੂੰ ਬਦਲਦਾ ਕਿ ਤੁਸੀਂ ਵੀ ਮਾੜਾ ਕਮੈਂਟ ਕਰਨ ਨਾਲੋਂ ਚੰਗੀ ਸੋਚ ਰੱਖੋ ਪੜਿਆਂ ਲਿਖਿਆਂ ਵਾਲੀ ਸੋਚ ਰੱਖੋ ਜੇ ਤੁਸੀਂ ਨਹੀਂ ਪੜੇ ਤਾਂ ਸੋਚ ਤੇ ਪੜਿਆਂ ਲਿਖਿਆਂ ਵਾਲੀ ਰੱਖੋ ਮਤਲਬ ਮੈਨਰਸ ਤੇ ਬੰਦੇ ਨੂੰ ਹੋਣੇ ਚਾਹੀਦੇ ਨਾ ਤੇ ਕਮੈਂਟਸ ਜਿਹੜੇ ਆ ਤੁਸੀਂ ਚੰਗੇ ਕਰੋ ਤਾਂ ਜਾਂ ਤੁਸੀਂ ਜੇ ਤੁਹਾਨੂੰ ਮਾੜਾ ਲੱਗਦਾ ਤਾਂ ਤੁਸੀਂ ਨਾ ਕਰੋ ਨਾ ਤਾਂ ਡਾਉ ਦੇ ਚ ਬਿੱਲ ਆਉਣਾ ਹੈ ਤੇ ਨਾ ਤਾਂ ਡਾਉ ਉੱਥੇ ਕੋਈ ਕਟਿਆ ਟੈਕਸ ਕਟਿਆ ਜਾਣਾ ਤੁਸੀਂ ਨਾ ਕਰੋ ਕਮੈਂਟ ਨਾ ਪਸੰਦ ਕਰੋ ਪਰ ਕਿਸੇ ਦਾ ਦਿਲ ਨਾ ਦਿਖਾਓ ਜਿਹੜੀ ਦਿਲ ਦੁਖਾ ਕੇ ਤੁਹਾਨੂੰ ਉਦੋਂ ਬਾਦਸੀਸ ਲੱਗਣੀ ਹੈ ਤੁਹਾਨੂੰ ਪਤਾ ਨਹੀਂ ਕਿ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਖਾਸ ਕਰਕੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੜਕੇ ਨੇ ਜਿਹੜੇ ਕਿ ਵੇਖਣ ਦੇ ਵਿੱਚ ਵੀ ਅਗਰ ਅਸੀਂ ਕਹਿ ਦਿੰਦੇ ਹਾਂ ਤੇ ਉਹ ਲੜਕੀਆਂ ਵਾਂਗੂ ਲੱਗਦੇ ਨੇ ਹਨਾ ਔਰ ਉਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ ਵੀ ਹਨਾ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦਿਲ ਛੱਡ ਜਾਂਦੇ ਨੇ ਕਿ ਹਾਂ ਵੀ ਮੈਨੂੰ ਅਸੀਂ ਬਾਹਰ ਜਾਣਦੇ ਆ ਤੇ ਕਮੈਂਟਸ ਲੋਕ ਇਸ ਤਰ੍ਹਾਂ ਦੇ ਕਰਦੇ ਆ ਇਸ ਤਰ੍ਹਾਂ ਦੇ ਕਰਦੇ ਆ ਹਨਾ ਕੀ ਇੱਕ ਉਹਨਾਂ ਨੂੰ ਤੁਸੀਂ ਇੱਕ ਮੈਸੇਜ ਹੋਗੇ ਦੇਖੋ ਇਹ ਜਿਹੜੀ ਕਮਿਊਨਿਟੀ ਹੁੰਦੀ ਆ ਇਹਨੂੰ ਐਲਜੀਬੀਟੀ ਕਮਿਊਨਿਟੀ ਕਹਿੰਦੇ ਆ ਔਰ ਐਲਜੀਬੀਟੀ ਕਯੂ ਪਲਸ ਔਰ ਇਹ ਜਦੋਂ ਜਿਹੜੇ ਲੋਕ ਡਰ ਜਾਂਦੇ ਨੇ ਮੈਂ ਚਾਹੁੰਨਾ ਕਿ ਤੁਸੀਂ ਡਰੋ ਨਾ ਤੁਸੀਂ ਉੱਥੇ ਉੱਥੇ ਐਕਸ਼ਨ ਲਾ ਕੋਈ ਨਾ ਕੋਈ ਹੁਣ ਤਾਂ ਜਿਵੇਂ ਬਾਹਰਲੀ ਕੰਟਰੀਆਂ ਵਿੱਚ ਜਿਹੜੇ 377 ਤੇ ਧਾਰਾ ਲੱਗੀ ਸੀ ਉਹ ਵੀ ਹਟ ਗਈ ਆ ਤੁਹਾਡੇ ਕਾਨੂੰਨ ਤੁਹਾਡੇ ਹੱਕ ਚ ਨੇ ਸਭ ਕੁਝ ਤੁਹਾਡੇ ਹੱਕ ਚ ਆ ਹੁਣ ਹੱਥ ਵਿੱਚ ਪਾਵਰ ਹੀ ਬਹੁਤ ਆ ਇਸ ਕਰਕੇ ਮਤਲਬ ਮੈਨੂੰ ਇਹ ਮੈਂ ਜਿਹੜੀ ਸਟੇਟਮੈਂਟ ਕੁਝ ਰੀਡ ਕੀਤੀ ਆ ਕੁਝ ਮੇਰੇ ਕੋਲ ਨਹੀਂ ਰੀਡ ਹੋ ਸਕੀ ਇਹ ਤਾਂ 4-500 ਪੇजेस ਦੀ ਜਿਹੜੀ ਸਟੇਟਮੈਂਟ ਵਕੀਲਾਂ ਵੱਲੋਂ ਜਾਂ ਜੱਜਿਸ ਵੱਲੋਂ ਜਿਹੜੀ ਬਣਾਈ ਗਈ ਆ ਔਰ ਉਹਦੇ ਵਿੱਚ ਮੈਨੂੰ ਇਹ ਲੱਗਾ ਕਿ ਫੀਮੇਲ ਨਾਲੋਂ ਜ਼ਿਆਦਾ ਸੇਫਟੀ ਜਿਹੜੀ ਆ ਇਸ ਤਰ੍ਹਾਂ ਦੇ ਬੱਚਿਆਂ ਨੂੰ ਮਿਲੀ ਆ ਔਰ ਡਰਨਾ ਨਹੀਂ ਚਾਹੀਦਾ ਤੁਸੀਂ ਆਪਣੇ ਉਸ ਚੀਜ਼ ਨੂੰ ਆਪਣੇ ਕਲਾ ਵਿੱਚ ਬਦਲੋ ਤੁਸੀਂ ਉਸੇ ਕੁਝ ਕਰਕੇ ਦਿਖਾਓ ਤਾਂ ਕਿ ਕੱਲ ਨੂੰ ਜਿਹੜੇ ਲੋਕ ਤੁਹਾਨੂੰ ਗੱਲਾਂ ਕਰਦੇ ਆ ਉਹ ਉਹਨਾਂ ਦੀ ਸੋਚ ਬਦਲ ਸਕੇ ਉਹੀ ਤੁਹਾਡੀ ਜਿਹੜੀ ਆ ਉਹੀ ਤੁਹਾਨੂੰ ਸਲਾਹਣ ਉਹੀ ਤੁਹਾਡੀ ਫਰੇਸ ਕਰਨ ਤਾਂ ਕਿ ਉਹ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਬਈ ਇਹ ਨਕੰਮੇ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਇਸ ਤਰ੍ਹਾਂ ਦੇ ਬੱਚੇ ਹੀ ਬਹੁਤ ਸਾਰੇ ਟੈਲੈਂਟਡ ਨੇ ਕੋਈ ਮੇਕਅਪ ਆਰਟਿਸਟਾ ਕੋਈ ਆਰਟਿਸਟਾ ਕੋਈ ਫੋਟੋਗ੍ਰਾਫਰ ਆ ਔਰ ਬਹੁਤ ਸਾਰੇ ਮੈਂ ਦੇਖਦਾ ਕਿ ਕੋਈ ਵੀ ਇਸ ਤਰ੍ਹਾਂ ਦਾ ਬੱਚਾ ਜਿਹੜਾ ਪੜ੍ਹਨ 'ਚ ਵੀ ਬਹੁਤ ਹੁਸ਼ਿਆਰ ਔਰ ਵਿਹਲਾ ਨਹੀਂ ਹੁੰਦਾ ਕਿਤੇ ਨਾ ਕਿਤੇ 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 ਸੈੱਟ ਹੋ ਜਾਂਦੇ ਆ ਔਰ ਮੈਂ ਚਾਹੁੰਨਾ ਕਿ ਤੁਸੀਂ ਡਰ ਕੇ ਨਹੀਂ ਰਹਿਣਾ ਬਚਪਨ ਚ ਵੀ ਜਾਂ ਆਪਣੇ ਟੀਨਏਜ ਚ ਵੀ ਤੁਸੀਂ ਆਪਣੇ ਜਿੱਦਾਂ ਨੂੰ ਕੋਈ ਬੋਲਦਾ ਆ ਡਰੋ ਨਾ ਉਹਨਾਂ ਨੂੰ ਕੁਝ ਕਰਕੇ ਵਿਖਾਓ ਉਥੇ ਐਕਸ਼ਨ ਲਾਓ ਜੇ ਆਪਾਂ ਇੱਕ ਵਾਰੀ ਡਰ ਗਏ ਤੇ ਅਗਲਾ ਹੋਰ ਸਿਰ ਤੇ ਚੜਦਾ ਹੈ ਹੋਰ ਉੱਪਰ ਚੜਦਾ ਕਿ ਆ ਇਹ ਡਰ ਗਿਆ ਇਹਨੂੰ ਹੋਰ ਡਰਾਇਆ ਜਾਵੇ ਪਰ ਤੁਸੀਂ ਡਰੋ ਨਾ ਤੁਸੀਂ ਆਪਣੇ ਯੂਨਿਟੀ ਬਣਾ ਕੇ ਰੱਖੋ ਜਦੋਂ ਤੁਸੀਂ ਇਕਤਾ ਚ ਹੋਵੋਗੇ ਤੇ ਤੁਹਾਡੀ ਖੁਦ ਹੀ ਜੜੀ ਤੁਸੀਂ ਆਪਸ ਚ ਇਕਤਾ ਚ ਹੋਵੋਗੇ ਨਾ ਤੇ ਤੁਹਾਨੂੰ ਕੋਈ ਵੀ ਤੋੜ ਨਹੀਂ ਸਕਦਾ ਸੋ ਆਪਸ ਚ ਜੇ ਆਪਣੇ ਪਰਿਵਾਰ ਨਾਲ ਵੀ ਬਣਾ ਕੇ ਰੱਖੋ ਐਲਜੀਬੀਟੀ ਪਰਿਵਾਰ ਨਾਲ ਔਰ ਡਰਨਾ ਨਹੀਂ ਕਿਸੇ ਤੋਂ ਹਮੇਸ਼ਾ ਉਥੇ ਐਕਸ਼ਨ ਲੈਣਾ ਹੈ ਕਿ ਉਹਨਾਂ ਨੂੰ ਪਤਾ ਲੱਗੇ ਆਪਣੇ ਫੇਸ ਤੇ ਇਸ ਤਰ੍ਹਾਂ ਦਾ ਪੋਜ਼ਿਟਿਵ ਐਟੀਟਿਊਡ ਰੱਖਣਾ ਹੈ ਕਿ ਅਗਲਾ ਕੋਈ ਗਾਲੀ ਨਾ ਕਰ ਸਕੇ ਕਿਸੇ ਨੂੰ ਕੋਈ ਇੰਨਾ ਇਸ ਤਰ੍ਹਾਂ ਦਾ ਵੀ ਕੋਈ ਰਿਸਪੌਂਸ ਨਾ ਦਵੋ ਕਿ ਅਗਲਾ ਤੁਹਾਨੂੰ ਕੋਈ ਬੈਡ ਕਮੈਂਟ ਕਰੇ ਜੇ ਕੋਈ ਕਰਦਾ ਹੈ ਤੇ ਇਗਨੋਰ ਕਰਨਾ ਬੈਸਟ ਹੈ ਨਹੀਂ ਤੇ ਕੋਈ ਜੇ ਕੋ ਤੁਹਾਨੂੰ ਲੱਗਦਾ ਹੈ ਕਿ ਐਕਸ਼ਨ ਲਾਓ ਤੇ ਐਕਸ਼ਨ ਬਿਲਕੁਲ ਲੈਣਾ ਚਾਹੀਦਾ ਹੈ ਥੈਂਕ ਯੂ ਓਕੇ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਕਰਨ ਤੁਹਾਡਾ ਵੀ ਧੰਨਵਾਦ ਤੁਸੀਂ ਸਾਡੇ ਵੱਸੇ ਇਨਾ ਟਾਈਮ ਕੱਢਿਆ ਹੈ ਇਹ ਸੰਨ ਕਰਨ ਗਿੱਲ ਔਰ ਕਰਨ ਗਿੱਲ ਨੇ ਜੋ ਵੀ ਹਜੇ ਕਿ ਉਮਰ ਬਹੁਤ ਛੋਟੀ ਹੈ ਉਹਨਾਂ ਦੀ ਲੇਕਿਨ ਬਹੁਤ ਜਿਹੜੇ ਉਹਨਾਂ ਦੇ ਜਜ਼ਬਾਤ ਨੇ ਜਿਹੜਾ ਉਹਨਾਂ ਦਾ ਜਜ਼ਬਾ ਹੈ ਉਹ ਬਹੁਤ ਵੱਡਾ ਹੈ ਔਰ ਬਹੁਤ ਸਾਰੀਆਂ ਬੁਲੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਜੋ ਆਪਣੀ ਲਾਈਫ ਦੇ ਵਿੱਚ ਚਿਕੀਆਂ ਨੇ ਜਾਂ ਕੀਤੀਆਂ ਨੇ ਉਹ ਦਰਸ਼ਕਾਂ ਤੱਕ ਉਹਨਾਂ ਨੇ ਸ਼ੇਅਰ ਵੀ ਕੀਤੀਆਂ ਔਰ ਇਸੇ ਹੀ ਤਰ੍ਹਾਂ ਸੀ ਹੋਰ ਵੀ ਸ਼ਖਸੀਅਤਾਂ ਨਾਲ ਤੁਹਾਨੂੰ ਮਿਲਾਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ ਬਾਲੀਹੋਲੀ ਬਾਬਾ ਚੈਨਲ ਅੰਮ੍ਰਿਤਸਰ